बनना नमा अकाली दल ही द्वारा सिरजना करना पऊगा फ्रॉम द रूट्स, क्योंकि अकाली दल जिहड़ा हैगा सानू श्रोमणी अकाली दल चाहिए, कोई परिवार का अकाली दल नहीं चाहिए। बहुत सारे लोग आ, तुसी हो गए, बिट्टू जी हो गए, बहुत सारे होर लोग आ जिन्हां ने संघर्ष देखा है, कि पोलिटिकल तौर दे उत्ते हैगा तुहाडे अंदर भी सानू असीं मूहरे आ सकदे हां जां असीं आईए? ਜਦੋਂ ਲੋੜ ਸੀ ਪੰਥ ਨੂੰ ਸਾਰਿਆਂ ਨਾਲੋਂ ਅੱਗੇ ਆ ਕੇ ਅਗਲੀ ਕਤਾਰ 'ਚ ਖੜ੍ਹੇ ਸੀ, ਜਦਕਿ ਕੋਈ ਘਰੋਂ ਉੱਠ ਕੇ ਤੁਰਨ ਨੂੰ ਤਿਆਰ ਨਹੀਂ ਸੀ। ਜਿਹੜੇ ਅੱਜ ਵਿਦਵਾਨ ਬਣੇ ਹੋਏ ਆ, ਕੋਈ ਘਰਾਂ 'ਚੋਂ ਨਿਕਲਣ ਨੂੰ ਤਿਆਰ ਨਹੀਂ ਸੀ, ਸਾਰਿਆਂ ਦੇ ਘਰਾਂ 'ਚ ਜਾ ਕੇ ਦਸਤਕ ਦਿੱਤੀ ਸੀ ਵੀ ਆਓ। ਅਕਾਲੀ ਦਲ ਤੁਹਾਨੂੰ ਟਿਕਟ ਦਿਓ, ਤੁਸੀਂ ਤਿਆਰ ਹੋ ਕਿ ਤੁਸੀਂ ਲੀਡਰਸ਼ਿਪ ਨੂੰ ਇਨਕਾਰ ਦਿਓ ਵੀ ਇਹਨਾਂ ਨੂੰ ਭੰਗ ਕਰਕੇ ਫੇਰ ਜੇ ਕੋਈ ਨਵਾਂ ਅਕਾਲੀ ਦਲ ਬਣਦਾ? 30 ਸਾਲ ਲੱਗ ਗਏ ਜਿੱਥੇ ਤੱਕ ਕਾਂਗਰਸ ਦੇ ਦਫਾਂਤ ਨੂੰ, ਪਰ ਹੁਣ ਚਿੱਟੇ ਦੁੱਧ ਵਾਂਗੂ ਬਾਹਰ ਆਇਆ ਵੀ ਇੱਥੇ ਕਿਸ ਤਰ੍ਹਾਂ ਦੇ ਬੁੱਚੜਖਾਨੇ ਸੀਗੇ ਪੰਜਾਬ 'ਚ। ਸਰ ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਐਕਸ ਚੀਫ ਮਿਨਿਸਟਰ, ਇਹਨਾਂ ਨੇ ਉਸ ਟਾਈਮ ਦੇ SSP ਸਵਰਨ ਕੋਟਲੇ ਨੂੰ ਕਾਲ ਕੀਤੀ। ਇਹਨਾਂ ਨੇ ਕੱਪੜਿਆਂ ਦਾ ਤਾਂ ਰੋਟੀ ਦਾ ਤਾਂ ਕਹਿਤਾ, ਪਰ ਇਹ ਵੀ ਕਿਹਾ ਜਾ ਸਕਦਾ ਸੀਗਾ, ਜਿਹੜੀ ਗੱਲ ਕਿਤੇ ਸਾਹਮਣੇ ਨਹੀਂ ਆਈ, ਕਿ ਵੀ ਇਹਨਾਂ ਨੇ ਕੁਛ ਕਿਹਾ ਹੋਵੇ ਕਦੀ ਕਿ ਸਾਡਾ ਕਾਰਜਕਾਰੀ ਜਥੇਦਾਰ ਆ ਬੰਦਾ ਸਾਡਾ ਮਾਰ ਲਾਉਂਦਾ। ਤੁਸੀਂ ਆਪਣੇ ਫਰਜ਼ ਨਿਭਾਉਣੇ ਸੀਗੇ, ਉਹ ਕਿਹਨੇ ਨਿਭਾਉਣੇ ਆ ਜਿਨ੍ਹਾਂ ਤੋਂ ਤੁਸੀਂ ਹੁਣ ਵੀ ਮੁਨਕਰ ਹੈਗੇ? ਹੁਣ ਤਾਂ ਮੰਨ ਲਓ ਤੁਹਾਡੇ ਕੋਲ ਫਕਰੇ ਕੌਮ ਦੇ ਖਿਤਾਬ ਰਹੇ ਹੋਣ, ਤਾਂ ਫਿਰ ਫਕਰ ਕਾਹਦੇ 'ਤੇ ਕਰੀਏ? ਤੁਹਾਨੂੰ ਲੱਗਦਾ ਵੀ ਅਕਾਲੀ ਦਲ ਨੂੰ ਪਤਾ ਨਹੀਂ ਕੋਈ ਗਾਈਡ ਗਲਤ ਕਰ ਰਿਹਾ ਜਾਂ ਕੁਛ ਹੋਰ, ਐਵੇਂ ਅਕਲ 'ਤੇ ਪਰਦਾ ਪੈ ਗਿਆ? ਚਾਹੇ ਜਿੰਨੇ ਮਰਜ਼ੀ ਯਤਨ ਕਰ ਲੈਣ, ਇਸ ਜਿਹੜਾ ਆਹ ਸੰਤਾਪ ਆ, ਇਹ ਜਿਹੜਾ ਦੱਬਾ, ਇਹਦੇ ਤੋਂ ਅਕਾਲੀ ਦਲ ਬਾਦਲ ਬਚ ਨਹੀਂ ਸਕਣਾ, ਖਾਸ ਕਰਕੇ ਬਾਦਲ ਪਰਿਵਾਰ। ਇੰਡੀਅਨ ਆਰਮੀ ਦਾ 84 ਦਾ ਅਟੈਕ ਆ, ਜਿਹਨੂੰ ਇਹ ਬੜੇ ਚਾਵਾਂ ਨਾਲ ਆਪਰੇਸ਼ਨ ਬਲੂ ਸਟਾਰ ਕਹਿੰਦੇ ਆ, ਮਤਲਬ ਕਿ ਦੂਜੇ ਕਹਿਣ ਤਾਂ ਕੋਈ ਗੱਲ ਨਹੀਂ, ਆਪਣੇ ਸਿੱਖ ਵੀ ਆਹ ਅੱਖਰ ਵਰਤਣ, ਅਸੀਂ ਕੋਈ ਉੱਥੇ ਬਿਮਾਰੀ ਦਾ ਇਲਾਜ ਕਰਨਾ ਇਸ 'ਚ ਜਿਹੜਾ ਆਪਰੇਸ਼ਨ ਆ? ਕੋਈ ਵੀ ਅਕਾਲੀ ਸਰਕਾਰ ਦਾ ਮੈਨੂੰ ਕੋਈ ਮਤਾ ਦਿਖਾ ਦਿਓ ਇਸ ਬਾਰੇ। ਅਤੇ ਜਦੋਂ ਚੋਣਾਂ ਲੜਨੀਆਂ ਹੁੰਦੀਆਂ, ਇਹਨਾਂ ਕੋਲ ਦੋ ਹੀ ਮੁੱਦੇ ਹੁੰਦੇ, ਇੱਕ ਤਾਂ ਦਿੱਲੀ ਦਾ ਕਤਲੇਆਮ ਜੀ, ਇੱਕ ਹੁੰਦਾ ਇੰਡੀਅਨ ਆਰਮੀ ਅਟੈਕ ਦਾ, ਜਿਹਨੂੰ ਆਪਰੇਸ਼ਨ ਬਲੂ ਸਟਾਰ ਕਹਿੰਦੇ ਆ। ਤੁਹਾਨੂੰ ਲੱਗਦਾ ਖੇਤਰੀ ਪਾਰਟੀ ਦੇ ਤੌਰ 'ਤੇ ਸਭ ਕੁਛ ਚੇਂਜ ਹੋਣਾ ਚਾਹੀਦਾ ਹੈ, ਨਵੇਂ ਤੌਰ 'ਤੇ ਹੋਰ ਬੰਦਿਆਂ ਨੂੰ ਉਭਰਨਾ ਚਾਹੀਦਾ? ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਪਿਛਲੇ ਦਿਨਾਂ ਤੋਂ ਪੰਥਕ ਸੱਥਾਂ ਦੇ ਵਿੱਚ ਜਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਜੇ ਬਾਦਲ ਦੀ ਗੱਲ ਕਰਦੇ ਹਾਂ, ਬੈਕਫੁੱਟ 'ਤੇ ਨੇ ਜਥੇਦਾਰ ਕੌਂਕੇ ਨੂੰ ਲੈ ਕੇ, ਪਰ ਬਹੁਤ ਸਾਰੀਆਂ ਗੱਲਾਂ ਆਈਆਂ ਜਿਹੜੀਆਂ VP ਤਿਵਾੜੀ ਰਿਪੋਰਟ ਨੇ ਦੱਸਤੀਆਂ, ਪਰ ਹਜੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਚਾਹੇ ਉਹ ਬੰਟੀ ਰਮਾਣਾ ਹੋਣ ਜਾਂ ਹੋਰ ਬਹੁਤ ਸਾਰੇ ਲੀਡਰ, ਉਹਨਾਂ ਦੇ ਇਹ ਕਹਿ ਰਹੇ ਨੇ ਵੀ ਉਹ ਰਿਪੋਰਟ ਗਲਤ ਆ। ਪਰ ਦੂਜੇ ਪਾਸੇ ਜੇ ਅਸੀਂ ਪੰਥਕ ਸਿਆਸਤ ਵੱਲ ਝਾਤ ਮਾਰਦੇ ਹਾਂ ਜਾਂ ਪੰਜਾਬ ਦੀ ਰਾਜਨੀਤੀ ਵੱਲ ਝਾਤ ਮਾਰਦੇ ਹਾਂ, ਤਾਂ ਧਰਾਤਲ ਦੇ ਉੱਤੇ ਆਮ ਆਵਾਜ਼ ਆਉਣ ਲੱਗ ਗਈ ਆ ਵੀ ਅਕਾਲੀ ਦਲ ਹੁਣ ਪਹਿਲਾਂ ਨਾਲੋਂ ਵੀ ਬਹੁਤ ਡਾਊਨਫਾਲ 'ਤੇ ਆ, ਅਤੇ ਜਿਵੇਂ ਚੋਣਾਂ ਨੇੜੇ ਆ 2024 ਦੀਆਂ, ਅਤੇ ਅਕਾਲੀ ਦਲ ਦਾ ਕੁਛ ਨਹੀਂ ਬਣਨਾ। ਇਸ ਨੂੰ ਲੈ ਕੇ ਗੱਲਬਾਤ ਕਰਾਂਗੇ, ਅਤੇ ਹੋਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਰਣਜੀਤ ਸਿੰਘ ਕੁੱਕੀ ਗਿੱਲ ਜੀ। ਕੁੱਕੀ ਜੀ, ਸਵਾਗਤ ਆ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਰਤਨ ਜੀ। ਕੀ ਪਹਿਲਾ ਸਵਾਲ ਤਾਂ ਇਹੀ ਆ, ਅੱਜ ਅਕਾਲੀ ਦਲ ਨੂੰ ਤੁਸੀਂ ਕਿੱਥੇ ਖੜਾ ਮੌਜੂਦ ਦੇਖਦੇ ਹੋ? ਵੀ ਆਪਾਂ ਪਿਛਲੀ ਵਾਰ ਮਿਲੇ ਸੀ, ਆਪਾਂ ਰਾਜਵਾਣਾ ਸਾਹਿਬ 'ਤੇ ਗੱਲਬਾਤ ਕੀਤੀ, ਅੱਜ ਹੁਣ ਵਿਸ਼ਾ ਗਾ VP ਤਿਵਾੜੀ ਰਿਪੋਰਟ, ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ, ਹੁਣ ਆਹ ਜਿਹੜਾ ਸਾਰਾ ਕੁਛ ਹੋਇਆ ਗਾ ਪਿਛਲੇ 15-20 ਦਿਨਾਂ 'ਚ? ਮੇਰੇ ਖਿਆਲ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੰਧਾਂ 'ਤੇ ਲਿਖਿਆ ਪਾ ਲੈਣਾ ਚਾਹੀਦਾ। ਉਹਦੇ ਬਾਰੇ ਇੱਕ ਸ਼ਾਇਰ ਨੇ ਬੜਾ ਬਾਖੂਬੀ ਲਿਖਿਆ ਵੀ ਇਨ ਅੰਧੇਰੋਂ ਕੀ ਸਾਜ਼ਿਸ਼ਾਂ ਜੀ ਹਰ ਰੋਜ਼ ਹੋਤੀ ਹੈ ਸਾਹਿਬ, ਇਹਨਾਂ ਦੇਰੋਂ ਕੀ ਸਾਜ਼ਿਸ਼ਾਂ ਹਰ ਰੋਜ਼ ਹੋਤੀ ਹੈ ਸਾਹਿਬ, ਮਗਰ ਫਿਰ ਵੀ ਅਜਾਲੇ ਕੀ ਜੀਤ ਹਰ ਸੁਬਹ ਹੋਤੀ ਹੈ। ਸੂਰਜ ਚੜ੍ਹਨਾ ਚੜ੍ਹਨਾ 31 ਸਾਲ ਲੱਗ ਗਏ ਜਥੇਦਾਰ ਕੌਂਕੇ ਦੇ ਦਿਖਾਂਤ ਨੂੰ, ਪਰ ਹੁਣ ਚਿੱਟੇ ਦੁੱਧ ਵਾਂਗੂ ਬਾਹਰ ਆਇਆ ਵੀ ਇੱਥੇ ਕਿਸ ਤਰ੍ਹਾਂ ਦੇ ਬੁੱਚੜਖਾਨੇ ਸੀਗੇ ਪੰਜਾਬ 'ਚ ਜੀ, ਅਤੇ ਕਿਸ ਤਰ੍ਹਾਂ ਦਾ ਦਿਖਾਂਤ ਸੀ ਜੀ, ਕਿਸ ਤਰ੍ਹਾਂ ਇਹਨਾਂ ਨੇ ਵਾਹ ਲਾਈ ਸਿੱਖ ਸਟਰਗਲ ਨੂੰ ਦਬਾਉਣ ਦੇ ਲਈ ਜੀ, ਤਾਂ ਕਿ ਜਿਹੜੇ ਸਿੱਖ ਆਪਣੀਆਂ ਹੱਕੀ ਮੰਗਾਂ ਤੋਂ ਪ੍ਰਾਪਤੀ ਤੋਂ ਵਾਂਝੇ ਰਹਿ ਸਕਣ, ਜਿਸ ਤੋਂ ਅੱਜ ਵੀ ਵਾਂਝੇ ਹਾਂ ਆਪਾਂ ਜੀ। ਪਰ ਜਿਹੜੀ ਕਰਦਾਰ ਇਹਨਾਂ ਲੀਡਰਾਂ ਦੇ ਆਏ ਨੇ ਉਸ ਸਮੇਂ ਦੌਰਾਨ,
ਤੇ ਹੁਣ ਉਸ ਤੋਂ ਬਾਅਦ ਉਦੋਂ ਵੀ ਜੇ ਆਪਾਂ ਆਪਣੇ ਆਰਿਆ ਬਾਹਰ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਐਕਸ ਚੀਫ ਮਿਨਿਸਟਰ ਇਹਨਾਂ ਨੇ ਉਸ ਟਾਈਮ ਦੇ SSP ਸਵਰਨ ਘੋਟਨੇ ਨੂੰ ਕਾਲ ਕੀਤੀ। ਇਹਨਾਂ ਨੇ ਕੱਪੜਿਆਂ ਦਾ ਤਾਂ ਰੋਟੀ ਦਾ ਤਾਂ ਕਹਿਤਾ ਜੀ, ਪਰ ਇਹ ਵੀ ਕਿਹਾ ਜਾ ਸਕਦਾ ਸੀਗਾ, ਜਿਹੜੀ ਗੱਲ ਕਿਤੇ ਸਾਹਮਣੇ ਨਹੀਂ ਆਈ ਕਿ ਵੀ ਇਹਨਾਂ ਨੇ ਕੁਛ ਕਿਹਾ ਹੋਵੇ ਕਦੀ ਕਿ ਸਾਡਾ ਕਾਰਜਕਾਰੀ ਜਥੇਦਾਰ ਆ ਬੰਦਾ ਸਾਡਾ ਮਾਰ ਨਾ ਦਿਓ। ਇਹ ਇੱਕ ਵੈਸੇ ਤੁਹਾਡੀ ਹਿਊਮਨ ਨੇਚਰ ਆ ਜੀ, ਕਿਉਂਕਿ ਉਦੋਂ ਪਤਾ ਸੀ ਮਾਹੌਲ ਕਿੱਦਾਂ ਦਾ ਹੈਗਾ। ਫਿਰ ਇਹ ਹੁਣ ਅਕਾਲੀ ਦਲ ਇਹ ਕਹਿੰਦਾ ਵੀ ਅਸੀਂ ਜੀ ਉਸ ਟਾਈਮ ਦੀ ਕਾਂਗਰਸ ਸਰਕਾਰ ਬਾਰੇ ਨਹੀਂ ਬੋਲਦੇ। ਉਸ ਸਮੇਂ ਦੀ ਕਾਂਗਰਸ ਨੂੰ ਤਾਂ ਫਿਰ ਜਵਾਬ ਮਿਲ ਗਿਆ, ਉਹਨਾਂ ਨੂੰ ਤਾਂ 95 'ਚ ਉਹਨਾਂ ਦੇ ਚੀਫ ਮਿਨਿਸਟਰ ਰਾਹੀਂ ਜਵਾਬ ਮਿਲ ਗਿਆ ਜੀ ਜੋ ਉਹਨਾਂ ਨੇ ਕੀਤਾ। ਪਰ ਜਿਹੜਾ ਤੁਸੀਂ ਆਪਣੇ ਫਰਜ਼ ਨਿਭਾਉਣੇ ਸੀਗੇ ਉਹ ਕਿਹਨੇ ਨਿਭਾਉਣੇ ਆ, ਜਿਹਨਾਂ ਤੋਂ ਤੁਸੀਂ ਹੁਣ ਵੀ ਮੁਨਕਰ ਹੈਗੇ ਆ। ਹੁਣ ਤਾਂ ਮੰਨ ਲਓ ਤੁਹਾਡੇ ਕੋਲ ਫਕਰੇ ਕੌਮ ਦੇ ਖਿਤਾਬ ਰਹੇ ਹੋਣ ਜੀ, ਅਤੇ ਫਿਰ ਫਕਰ ਕਾਹਦੇ 'ਤੇ ਕਰੀਏ ਜੀ? ਕਾਹਦੇ 'ਤੇ ਅਸੀਂ ਕਹੀਏ ਵੀ ਇਹ ਸਾਡੇ ਪੰਥ ਦੇ ਰਤਨ ਨੇ ਕਿ ਸਾਡੇ ਜਿਹੜੇ ਸੀਗੇ ਕਾਰਜਕਾਰੀ ਜਥੇਦਾਰ ਦੀ ਇਹ ਜਾਨ ਬਚਾ ਨਹੀਂ ਸਕੇ? ਜੇ ਉਸ ਤੋਂ ਬਾਅਦ ਉਹਦੀ ਰਿਪੋਰਟ ਆਈ, ਜੇ ਇਹਨਾਂ ਦੀ ਗੱਲ ਮੰਨ ਲਈਏ ਕਿ ਰਿਪੋਰਟ ਗਲਤ ਆ ਜੀ, ਜੋ ਕਿ ਇਹ ਝੂਠ ਬੋਲ ਰਹੇ ਆ ਜੀ, ਮਤਲਬ ਕਿ ਕਾਲਾ ਚਿੱਟਾ ਝੂਠ ਬੋਲ ਰਹੇ ਆ ਜੀ, ਤਾਂ ਫਿਰ ਇਹ ਦੁਬਾਰਾ ਇਨਵੈਸਟੀਗੇਸ਼ਨ ਰਾਈਟ ਵੇ ਕਰਾ ਲੈਂਦੇ। ਇਹਨਾਂ ਕੋਲ ਕਿਹੜਾ ਕੋਈ ਰੋਗ? ਉਸ ਤੋਂ ਬਾਅਦ 3 ਸਾਲ ਇਹਨਾਂ ਦੀ ਸਰਕਾਰ ਰਹੀ ਹੈ ਪਹਿਲੀ ਜੀ, ਅਤੇ ਫਿਰ ਉਸ ਤੋਂ ਬਾਅਦ 10 ਸਾਲ ਫਿਰ ਆਈ ਲਗਾਤਾਰ ਜੀ, ਅਤੇ ਦੁਬਾਰਾ ਇਹ ਨਜ਼ਰਸ਼ਾਨੀ ਕਰ ਲੈਂਦੇ ਕੈਪਟਨ ਅਮਰਿੰਦਰ ਸਿੰਘ 'ਤੇ ਇਹ ਦੋਸ਼ ਲਾਉਂਦੇ। ਮੈਂ ਕਹਿੰਦਾ ਵੀ ਚਲੋ ਜਾਇਜ਼ ਆ ਵੀ ਉਹਨਾਂ ਨੇ ਬਾਅਦ 'ਚ ਮੁਖਵਿੰਦਰ ਸ਼ਿੰਦੇ ਦੀ SIT ਬਣਾਈ, ਉਹਦੇ 'ਚ ਗੁਰਪ੍ਰੀਤ ਤੂਰ ਵੀ ਸੀਗਾ ਜਿਹਨੂੰ ਕੋਈ ਵੈਸੇ ਬਹੁਤ ਕਲੀਨ ਔਫਿਸਰ ਜਾਣਿਆ ਜਾਂਦਾ। ਮੈਂ ਹੈਰਾਨ ਹਾਂ ਕਿ ਉਹਨੇ ਇਸ ਤਰ੍ਹਾਂ ਦੀ ਰਿਪੋਰਟ ਦਿੱਤੀ, ਉਹ ਮੇਰੇ ਨਾਲ ਪੜ੍ਹਿਆ ਜੀ, ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਸਾਰੀ ਜਿਵੇਂ ਇੱਥੇ ਕੁਛ ਹੋਇਆ ਹੀ ਨਹੀਂ। ਅਤੇ ਆਪਾਂ ਦੇਖਦੇ ਹਾਂ ਮੁਖਵਿੰਦਰ ਸ਼ਿੰਦੇ ਉਹਨਾਂ ਦੀ ਹਿਸਟਰੀ ਵੀ ਕਿਹੜਾ ਕੋਈ ਬਹੁਤੀ ਮਤਲਬ ਕਿ ਬ੍ਰਿਲੀਅੰਟ ਅਤੇ ਬ੍ਰਾਈਟ ਰਹੀ ਹੈ ਹਿਸਟਰੀ, ਹੁਣ ਤਾਂ ਰਿਟਾਇਰ ਹੋ ਗਿਆ ਉਹ। ਪਰ ਜਿਹੜੇ ਉਸ ਦਖਾਂਤ ਨਾਲ ਬੰਦੇ ਉਹਨੇ ਨਾਂ ਲਿਆ BP ਤਿਵਾੜੀ ਨੇ ਬਾਏ ਨੇਮ ਕਿ ਜਿਹੜਾ SI ਆ ਜਾਂ ASI ਆ ਗੁਰਮੀਤ ਸਿੰਘ, ਇਹਦੇ 'ਤੇ ਪਰਚਾ ਦਾਖਲ ਕਰੋ ਜੀ, ਅਤੇ ਇਹਨੂੰ 173 ਸੈਕਸ਼ਨ ਦੇ ਰਾਹੀਂ ਫਰਦਰ ਇਨਵੈਸਟੀਗੇਸ਼ਨ ਕਰੋ। ਉਹ ਤਾਂ ਰਿਪੋਰਟ 'ਚ ਹੀ ਲਿਖਿਆ ਹੋਇਆ ਜੀ, ਰਿਪੋਰਟ 'ਚ ਹੋਰ ਵੀ ਬਹੁਤ ਕੁਛ ਲਿਖਿਆ ਹੋਇਆ। ਉਹ ਠੀਕ ਆ, ਉਹਨਾਂ ਨੂੰ ਮੌਕੇ ਦਾ ਕੋਈ ਗਵਾਹ ਨਹੀਂ ਮਿਲਿਆ, ਪਰ ਉਹਨਾਂ ਨੇ ਤਾਂ ਇਹ ਥਿਊਰੀ ਤਾਂ ਝਠਲਾਈ ਆ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਭੱਜੇ ਨਹੀਂ ਗਏ, ਇਹ ਤਾਂ ਬੜਾ ਕਲੀਅਰ ਕੱਟ ਰਿਪੋਰਟ 'ਚ ਲਿਖਿਆ ਹੋਇਆ ਜੀ। ਮੇਰੇ ਖਿਆਲ ਜਾਂ ਤਾਂ ਇਹਨਾਂ ਦੀ ਪੰਜਾਬੀ ਕਮਜ਼ੋਰ ਆ, ਮੈਂ ਜਿਸ ਤਰ੍ਹਾਂ ਕੱਲ੍ਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਦੀ PTC ਨਾਲ ਵਾਰਤਾਲਾਪ ਸੁਣ ਰਿਹਾ ਸੀ ਜੀ, ਉਹ ਹੱਥ 'ਚ ਰਿਪੋਰਟ ਵੀ ਫੜੀ ਹੋਈ ਸੀ ਉਹਨਾਂ ਨੇ ਚੰਦ ਅਕਸ਼ਰ ਜੇ ਮਾਰ ਕੀਤੇ ਹੋਏ ਆ ਜਿਹੜੇ ਉਹਨਾਂ ਨੂੰ ਸੂਟ ਕਰਦੇ ਆ ਵੀ ਇਹ ਹੈਗਾ। ਜਿਵੇਂ ਹੁਣ ਉਹ ਨਿਰਮਲ ਸਿੰਘ ਦਾ ਜ਼ਿਕਰ ਕਰਦੇ ਆ ਫੌਜੀ ਦਾ ਜੀ, ਵੀ ਉਹ ਪਿੰਡ ਦੇ ਫੌਜੀ, ਉਹਨੇ ਕਿਹਾ ਜੀ ਇੱਥੇ ਕੋਈ ਪੁਲਿਸ ਪਾਰਟੀ ਆਈ ਨਹੀਂ। ਦੂਜੇ ਪਾਸੇ ਕੌਂਕੇ ਪੱਤੀ ਦਾ ਸਾਰਾ ਪਿੰਡ ਖੜ੍ਹਾ, ਕੌਂਕੇ ਪੱਤੀ ਵਾਲਾ, ਕੌਂਕੇ ਪਿੰਡ ਵੱਡਾ ਜੀ, ਅਤੇ ਉਹ ਸਾਰੇ ਇੰਨੇ ਜਿਹੜੇ 200 ਬੰਦਾ ਉਹ ਗਵਾਹੀ ਦੇ ਰਿਹਾ, ਉਹਦਾ ਕੋਈ ਮਹਿਣਾ ਨਹੀਂ, ਉਹ ਵੀ ਜ਼ਿਕਰ ਆ ਰਿਪੋਰਟ 'ਚ। ਨਾਲੇ ਇਹ ਤਾਂ ਸਿਰਫ 11 ਪੇਜ ਬਾਹਰ ਆਏ ਆ ਜੀ, ਰਿਪੋਰਟ ਤਾਂ ਇਦੋਂ ਵੱਡੀ ਆ, ਉਹ ਸਾਰੀ ਰਿਪੋਰਟ ਤੁਸੀਂ ਕੱਢੀ ਕਿਉਂ ਨਹੀਂ? ਤੁਸੀਂ ਉਦੋਂ ਜਨਤਾ ਕਰ ਦਿੰਦੇ, ਹੁਣ ਚੱਕੀ ਫਿਰਦੇ ਹਾਂ ਤੁਸੀਂ ਹਿਊਮਨ ਰਾਈਟਸ, ਤੁਸੀਂ ਮੈਸੇਂਜਰਾਂ 'ਤੇ ਦੋਸ਼ ਲਾ ਰਹੇ ਹਾਂ ਵੀ ਉਹ ਮੈਸੇਂਜਰ ਮੈਸੇਜ ਬਾਹਰ ਕਿਉਂ ਲੈ ਕੇ ਆਏ ਆ? ਇਹ ਤਾਂ ਨਵਾਂ ਹੀ ਇਨਸਾਫ ਆਇਆ। ਨਾਲੇ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਹਰਚੰਦ ਸਿੰਘ ਜਿਹੜੇ ਗਵਾਹ ਜਿਹੜੇ ਇਸ ਟਾਈਮ ਦੇ ਦਾਇਸ਼ ਚ ਉਹਨਾਂ ਦੇ ਸਾਹਮਣੇ ਇਹ ਸਾਰੀ ਗੱਲ ਤਾਂ ਚੱਲੀ ਪਤਾ ਕਿੱਥੋਂ ਜੀ? 11.5 ਸਾਲ ਮੇਰੇ ਪੂਰੇ ਹੋ ਗਏ ਸੀ ਉਦੋਂ ਜੇਲ੍ਹ 'ਚ ਜੀ, ਅਮੈਰੀਕਨ ਜੇਲ੍ਹ ਦੇ ਵਿੱਚ। ਉਹਦੇ May 1998 ਨੂੰ ਇੱਕ ਸਮਾਗਮ ਰੱਖਿਆ ਸੀ ਸਾਡੀ ਯਾਦ 'ਚ ਇੱਥੇ, ਨਹੀਂ ਸਰਾਭਾ ਨਗਰ ਦੇ ਵਿੱਚ ਲੁਧਿਆਣੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਰੱਖਿਆ ਸੀ ਜੀ। ਉੱਥੇ ਜਸਟਿਸ ਅਜੀਤ ਸਿੰਘ ਬੈਂਸ ਵੀ ਆਏ ਹੋਏ ਸੀ, ਹੋਰ ਵੀ ਬਹੁਤ ਬਹੁਤ ਵਾਰ ਸੱਜਣ ਆਏ ਹੋਏ ਜੀ, ਅਤੇ ਕਾਫੀ ਭਰਮਾ ਇਕੱਠ ਸੀ। ਸਾਡੇ ਪੇਰੈਂਟਸ ਵੀ ਉੱਥੇ ਮੌਜੂਦ ਸੀ, ਸਿਮਰਨਜੀਤ ਸਿੰਘ ਮਾਨ ਵੀ ਸੀ, ਸਰ ਸਿਮਰਨਜੀਤ ਸਿੰਘ ਮਾਨ ਵੀ ਸੀ, ਬੀਬੀ ਬਲਾਰਾ ਵੀ ਸੀ, ਹੋਰ ਵੀ ਬੰਦੇ ਸੀ ਜੀ। ਉੱਥੇ ਪਹਿਲੀ ਵਾਰੀ ਜਿਹੜਾ ਦਰਸ਼ਨ ਸਿੰਘ ਹਟੂਗਾ ਇਹ ਪਬਲਿਕ ਦੇ ਸਾਹਮਣੇ ਆਇਆ ਜੀ, ਇਹਨੇ ਉੱਥੇ ਤਕਰੀਰਾਂ ਸੁਣ ਕੇ ਸੂਚ ਦੇ ਨਾਲ ਆਇਆ ਸੀ ਇਹ।
इन्हें तकरीरां सुन के अपना बोलण दा टाइम मंगिया। उत्थे इन्हें पहली बारी जथेदार गुरदेव सिंह कौके दे दखांत बारे गल कीती, जिथों ये गल चली है ये वो आपकी जवानी दसदा जी। मैनूं ऐ तां पता भी उदों कोई इंसीडेंट होया सी, मैं तां जेल चन तां बाद च रिपोर्टां मिलदियां सी जी। ते उत्थों गल चली जदों, उस तो बाद राम नारायण कुमार उन्हां नूं मिलिया हैगा, जस्टिस अजीत सिंह बैंस नूं बचा के लैके गए क्योंकि पुलिस इहनूं फड़न आ गई सी जी उस टाइम ते, क्योंकि वह नहीं सी चाहते कि साडा सच बाहर आवे जी। तो इस गल उस टाइम पर अकाली दल की गवर्नमेंट सी जी। बादल साहब मेरे फादर नूं पुराना जानते हैं, साढ़े घर अनेक बार आए हैं जी। उन्होंने पता जे इत्थे कोई गल हो रही हो ही नहीं सकता कि चीफ मिनिस्टर जिहड़ा कहिंदा हो कि मेरे रजीम च जे कीड़ी भी चलती होए जे राह बदलती होए मैनूं पता लग जाता। इन्हां नूं इस इंसीडेंट का पता ना लग्या होवे, नाले जत्थेदार कौके दे तां आप धरना दिंदे रहे जदों पता लग गया सी भोग ते गए कि बंदा मार दिता गया। हुण इन्हां दे इह पैरोकार किस गल ते चुठला रहे ने, ਇਹ ਤਾਂ ਮੰਨ ਲਓ ਕਿ ਉਹ ਬੰਦਾ ਕੋਹ ਕੋਹ ਕੇ ਮਾਰਿਆ, ਇਹ ਤਾਂ ਉਹੀ ਐਂ ਰਿਪੋਰਟ ਦਿਖਾ ਦਿਖਾ ਕੇ ਝਟਲਾਈ ਜਾ ਰਹੇ ਆ, ਫਿਰ ਬੰਦਾ ਹੈ ਕਿੱਥੇ ਆ? ਤੁਹਾਨੂੰ ਲੱਗਦਾ ਵੀ ਅਕਾਲੀ ਦਲ ਨੂੰ ਪਤਾ ਨਹੀਂ ਕੋਈ ਗਾਈਡ ਗਲਤ ਕਰ ਰਿਹਾ ਜਾਂ ਕੁਛ ਹੋਰ, ਐਵੇਂ ਅਕਲ ਤੇ ਪਰਦਾ ਪੈ ਗਿਆ? ਮੇਰਾ ਖਿਆਲ ਆ ਵੀ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਆ ਬੰਦਾ ਜਿੰਨਾ ਕੁ ਮੈਂ ਜਾਣਦਾ ਨੇਚਰ ਦਾ ਨਹੀਂ ਮਾੜਾ, ਪਰ ਜਿਹੜੇ ਉਹਦੇ ਸਲਾਹਕਾਰ ਨੇ ਉੱਥੇ ਸਮਥਿੰਗ ਉਹਨਾਂ ਦੀ ਟਿਊਨਿੰਗ ਦੇ ਵਿੱਚ ਕਿਤੇ ਨਾ ਕਿਤੇ ਫਰਕ ਆਇਆ ਹੋਇਆ। ਚਾਹੇ ਜਿੰਨੇ ਮਰਜ਼ੀ ਯਤਨ ਕਰ ਲੈਣ, ਇਸ ਜਿਹੜਾ ਆਹਾ ਸੰਤਾਪ ਆ, ਇਹ ਜਿਹੜਾ ਦੱਬਾ, ਇਹਦੇ ਤੋਂ ਅਕਾਲੀ ਦਲ ਬਾਦਲ ਬਚ ਨਹੀਂ ਸਕਣਾ, ਖਾਸ ਕਰਕੇ ਬਾਦਲ ਪਰਿਵਾਰ ਨੇ। ਇਹਨਾਂ ਦੇ ਹਿਸਟਰੀ ਵਿੱਚ ਲਿਖੀ ਜਾਊਗੀ ਗੱਲ ਜੀ। ਜੇ ਹਜੇ ਵੀ ਮੈਂ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਾ ਤੁਹਾਡੇ ਰਾਹੀਂ ਕਿ ਹਜੇ ਵੀ ਮੁੜ ਵਿਚਾਰ ਕਰਨ ਅਤੇ ਆਪਣੇ ਸਪੋਕਸਪਰਸਨਾਂ ਨੂੰ ਉਹਨਾਂ ਨਾਲ ਬੈਠ ਕੇ ਮੀਟਿੰਗ ਕਰਨ, ਇਸ ਚੀਜ਼ ਬਾਰੇ ਜਾ ਕੇ ਵਾਪਸ ਮੀਡੀਆ 'ਚ ਸਵੀਕਾਰ ਕਰੋ ਜੋ ਸੱਚਾਈ ਆ। ਜੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਤਾਂ ਮੈਂ ਇਹਨਾਂ ਨੂੰ ਹਿਊਮਨ ਰਾਈਟਸ ਵਾਲੇ ਬੰਦੇ ਬੁਲਾ ਦੇਣਾ ਚੰਗੇ, ਜਿਹੜਾ ਇਹ ਕਹਿਣਗੇ ਉਹ ਇਹਨਾਂ ਨੂੰ ਸਮਝਾ ਦੇਣਗੇ ਕਿ ਹਿਊਮਨ ਰਾਈਟਸ ਦੇ ਨੋਰਮਸ ਕੀ ਹੁੰਦੇ ਆ। ਉਹ ਮਸੈਂਜਰ ਹੁੰਦੇ ਆ, ਉਹ ਕਿਸੇ ਨੂੰ ਪਰਸੀਕਿਊਟ ਕਰਨ ਵਾਲੇ ਬੰਦੇ ਨਹੀਂ ਹੁੰਦੇ। ਜਿਹੜਾ ਕਿ ਕਹਿ ਰਹੇ ਕਿ ਉਹ ਚੁੱਪ ਆਇਆ, ਨਾ ਉਹਨਾਂ ਦਾ ਕੋਈ ਪੋਲੀਟੀਕਲ ਏਜੰਡਾ ਜੀ, ਨਾ ਜਸਟਿਸ ਬੈਂਸ ਦਾ ਕੋਈ ਪੋਲੀਟੀਕਲ ਏਜੰਡਾ ਸੀਗਾ ਜੀ। ਉਸ ਬੰਦੇ ਨੂੰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਹੱਥ ਕੜੀਆਂ ਲਾ ਕੇ ਜੇਲ੍ਹਾਂ 'ਚ ਸੁੱਟਿਆ ਜੀ, ਉਹਨਾਂ ਦੇ ਠੁੱਡੇ ਮਾਰੇ ਗਏ। ਐਡਾ ਨਾਮੀ ਜਸਟਿਸ, ਉਸ ਨਾਲ ਕੀ ਨਹੀਂ ਹੋਇਆ? ਕਾਹਦੇ ਲਈ ਹੋਇਆ ਸੀ? ਲੋਕ ਭਲਾਈ ਦੇ ਕੰਮਾਂ ਕਰਕੇ ਕਿ ਆਵਾਜ਼ ਉਠਾ ਰਹੇ ਸੀ? ਉਹਨਾਂ ਨੇ ਸਾਡੇ ਕੇਸ 'ਚ ਵੀ, ਮੇਰੇ ਕੇਸ ਵਿੱਚ ਬਹੁਤ ਸਹਿਯੋਗ ਦਿੱਤਾ ਅਗੇਂਸਟ ਆਲ ਔਡਸ, ਕਿਉਂਕਿ ਜਿਹੜੇ ਵੀ ਸਾਡੇ ਕੇਸ ਵਿੱਚ ਕੋਈ ਐਫੀਡੇਵਿਟ ਲੈ ਕੇ ਆਉਂਦਾ ਸੀਗਾ ਉਸ ਟਾਈਮ ਦੀ ਕੇਂਦਰ ਸਰਕਾਰ ਉਹਨਾਂ 'ਤੇ ਸ਼ਿਕੰਜਾ ਕੱਸ ਦਿੰਦੀ ਸੀ। ਈਵਨ ਕਿ ਜਿਹੜੇ ਡੀ ਜੀ ਪੀ ਰਹੇ ਆ ਕਿਰਪਾਲ ਸਿੰਘ ਢਿੱਲੋਂ, ਪਹਿਲੇ ਡੀ ਜੀ ਪੀ ਰਹੇ ਆ ਪੰਜਾਬ ਦੇ ਜੀ, ਉਹਨਾਂ ਨੇ ਮੇਰੇ ਹੱਕ 'ਚ ਐਫੀਡੇਵਿਟ ਦਿੱਤਾ ਸੀਗਾ ਕਿ ਸਾਡੀ ਪੁਲਿਸ ਦੀ ਕਾਰਜ ਕਿਸ ਤਰ੍ਹਾਂ ਦੀ ਕਾਰਜਕਾਰੀ ਹੈਗੀ ਆ, ਖਾਸ ਕਰਕੇ ਪੰਜਾਬ ਪੁਲਿਸ ਜੀ। 31 ਪੇਜਾਂ ਦਾ ਐਫੀਡੇਵਿਟ ਸੀਗਾ ਜਿਹੜਾ ਅਸੀਂ USA ਦੀ ਕੋਰਟ ਵਿੱਚ ਸਬਮਿਟ ਕੀਤਾ ਸੀ। ਉਸ ਟਾਈਮ 'ਤੇ ਉਹ ਮੇਰਾ ਖਿਆਲ ਜੁਆਇੰਟ ਡਾਇਰੈਕਟਰ ਰਹੇ ਸੀਗੇ CBI ਦੇ, ਜਿਹੜੇ ਉਹਨਾਂ ਦੀ ਲਾਸਟ ਪੋਸਟਿੰਗ ਸੀਗੀ। ਜਦ ਉਹ ਈਵਨ ਭੋਪਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਆ, ਬੜਾ ਨਾਮੀ ਕੋਪ ਸੀਗਾ, ਵਨ ਆਫ ਦਾ ਟੋਪ ਕੋਪ ਸੀਗਾ। ਉਹਨਾਂ ਨੇ ਜਦੋਂ ਮੇਰੇ ਹੱਕ 'ਚ ਐਫੀਡੇਵਿਟ ਦਿੱਤਾ, ਉਹਨਾਂ ਦੀ ਪੈਨਸ਼ਨ ਰੋਕਤੀ ਸੀ, ਉਹਨਾਂ ਦੇ ਸਾਰੇ ਜਿਹੜੇ ਬੈਨੀਫਿਟ ਸੀ ਉਸ ਟਾਈਮ 'ਤੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, LK ਅਡਵਾਨੀ ਹੋਮ ਮਿਨਿਸਟਰ ਸੀਗਾ, ਸੁਰਜੀਤ ਸਿੰਘ ਬਰਨਾਲਾ ਐਗਰੀਕਲਚਰ ਮਿਨਿਸਟਰ ਸੀਗੇ। ਫਿਰ ਮੇਰੇ ਫਾਦਰ ਸਾਹਿਬ ਨੇ ਜਾ ਕੇ ਜਦੋਂ ਕਿਰਪਾਲ ਸਿੰਘ ਢਿੱਲੋਂ ਨੇ ਸਾਡੇ ਘਰ ਅਪਰੋਚ ਕੀਤਾ ਵੀ ਮੇਰੇ ਨਾਲ ਆਹ ਕੁਛ ਹੋ ਰਿਹਾ ਐਫੀਡੇਵਿਟ ਕਰਕੇ ਜੀ, ਜਦਕਿ ਉਹਨਾਂ ਨੇ ਵੋਲੰਟਰਲੀ ਦਿੱਤਾ ਸੀਗਾ। ਫਿਰ ਜਾ ਕੇ ਇਹਨਾਂ ਨੇ ਸਰਦਾਰ ਸੁਰਜੀਤ ਸਿੰਘ ਬਰਨਾਲੇ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਦੱਸਿਆ ਸਾਰਾ ਵਾਕਿਆ, ਤਾਂ ਉਹਨਾਂ ਦੀਆਂ ਜਿਹੜੀਆਂ ਰੁਕਾਵਟਾਂ ਆਈਆਂ ਹੋਈਆਂ ਸੀ ਉਹਨਾਂ ਦੇ ਨੌਕਰੀ 'ਚ ਉਹ ਦੂਰ ਹੋਈਆਂ ਸੀ। ਇੱਥੋਂ ਤੱਕ ਸਰਕਾਰਾਂ ਦੇ ਸ਼ਿਕੰਜੇ ਹੁੰਦੇ ਆ। ਜੇ ਇਹੀ ਕੰਮ ਅਕਾਲੀ ਦਲ ਨੇ ਕਰਨਾ ਆਪਣੀਆਂ ਸਰਕਾਰਾਂ 'ਚ, ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲੇ ਦੀ ਪਹਿਲੀ ਵਾਰ ਸਰਕਾਰ ਬਣੀ 85 ਦੇ ਵਿੱਚ, ਪਹਿਲਾ ਕਾਰਾ ਇਹਨਾਂ ਨੇ ਜਦੋਂ ਹਾਊਸ ਦੀਆਂ ਪ੍ਰੋਸੀਡਿੰਗ ਸ਼ੁਰੂ ਹੋਈਆਂ ਤਾਂ ਇਹਨਾਂ ਦਾ ਜਿਹੜਾ, ਜਿਹਨੂੰ ਇਹ ਆਪਣਾ ਮਾਣ ਮੱਤਾ ਇਤਿਹਾਸ ਦੱਸਦੇ ਆ ਜੀ, ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਰੈਜ਼ੋਲੂਸ਼ਨ ਲੈ ਕੇ ਆਉਂਦਾ। ਰੈਜ਼ੋਲੂਸ਼ਨ ਇਹ ਸੀਗਾ ਕਿ ਜਿਹੜੀ ਇੰਦਰਾ ਗਾਂਧੀ ਦੀ ਮੌਤ ਆ ਜੀ, ਉਹਦੇ ਬਾਰੇ ਇਹਨਾਂ ਨੇ ਅਫਸੋਸ ਪ੍ਰਗਟ ਕੀਤਾ ਸੀ ਔਨ ਦਾ ਫਲੋਰ ਆਫ ਦਾ ਹਾਊਸ, ਅਤੇ ਜਨੈਨੀ ਮਸਲੀ ਉਹਨੂੰ ਪਾਸ ਕਰਾਇਆ ਸੀ।
ਉੱਥੇ ਕੋਈ ਸਿੱਖ ਕਤਲੇਆਮ ਦਾ ਜ਼ਿਕਰ ਨਹੀਂ ਸੀ। ਉੱਥੇ ਕੋਈ ਜਿਹੜਾ ਇੰਡੀਅਨ ਆਰਮੀ ਦਾ 84 ਦਾ ਅਟੈਕ ਆ, ਜਿਹਨੂੰ ਇਹ ਬੜੇ ਚਾਵਾਂ ਨਾਲ ਆਪਰੇਸ਼ਨ ਬਲੂ ਸਟਾਰ ਕਹਿੰਦੇ ਆ, ਮਤਲਬ ਕਿ ਦੂਜੇ ਕਹਿਣ ਤਾਂ ਕੋਈ ਗੱਲ ਨਹੀਂ, ਆਪਣੇ ਸਿੱਖ ਵੀ ਆਹ ਅੱਖਰ ਵਰਤਨ। ਅਸੀਂ ਕੋਈ ਉੱਥੇ ਬਿਮਾਰੀ ਦਾ ਇਲਾਜ ਕਰਨਾ ਇਸ ਚੀਜ਼ ਦਾ ਆਪਰੇਸ਼ਨ, ਉਹ ਤਾਂ ਵਾਈਟ ਮਤਲਬ ਕਿ ਕੋਲਡ ਬਲੱਡਡ ਇੰਡੀਅਨ ਆਰਮੀ ਦਾ ਅਟੈਕ ਸੀਗਾ, ਅਨਪ੍ਰਵੋਕਡ ਪਾਪੂਲੇਸ਼ਨ 'ਤੇ ਅਟੈਕ ਸੀਗਾ ਉਸ ਟਾਈਮ 'ਤੇ। ਜੇ ਉਸ ਦੇ ਬਾਰੇ ਤਾਂ ਇਹ ਬੋਲੇ ਨਹੀਂ ਕੋਈ ਵੀ ਅਕਾਲੀ ਸਰਕਾਰ ਦਾ, ਮੈਨੂੰ ਕੋਈ ਮਤਾ ਦਿਖਾ ਦਿਉ ਇਸ ਬਾਰੇ। ਅਤੇ ਜਦੋਂ ਚੋਣਾਂ ਲੜਨੀਆਂ ਹੁੰਦੀਆਂ ਇਹਨਾਂ ਕੋਲ ਦੋ ਹੀ ਮੁੱਦੇ ਹੁੰਦੇ, ਇੱਕ ਤਾਂ ਦਿੱਲੀ ਦਾ ਕਤਲੇਆਮ ਜੀ, ਅਤੇ ਇੱਕ ਹੁੰਦਾ ਇੰਡੀਅਨ ਆਰਮੀ ਅਟੈਕ ਦਾ, ਜਿਹਨੂੰ ਇਹ ਆਪਰੇਸ਼ਨ ਬਲੂ ਸਟਾਰ ਕਹਿੰਦੇ ਆ, ਜਿਹਦੇ ਰਾਹੀਂ ਇਹ ਘੇਰਨਾ ਚਾਹੁੰਦੇ ਕਾਂਗਰਸ ਨੂੰ। ਇਹ ਚੀਜ਼ਾਂ ਜਿਹੜੇ ਇਹਨਾਂ ਦੇ ਇਤਿਹਾਸ ਨਾਲ ਜੁੜੀਆਂ ਹੋਣ, ਉਸ ਬੰਦੋਂ ਆਪਾਂ ਕੀ ਤਵੱਜੋ ਰੱਖ ਸਕਦੇ ਹਾਂ ਜੀ? ਤੁਹਾਨੂੰ ਲੱਗਦਾ ਖੇਤਰੀ ਪਾਰਟੀ ਦੇ ਤੌਰ 'ਤੇ ਸਭ ਕੁਛ ਚੇਂਜ ਹੋਣਾ ਚਾਹੀਦਾ ਜਾਂ ਨਵੇਂ ਤੌਰ 'ਤੇ ਹੋਰ ਬੰਦਿਆਂ ਨੂੰ ਉੱਭਰਨਾ ਚਾਹੀਦਾ ਜਾਂ ਉਹ ਬਿੱਲ ਬਾਬਰੀ ਨਹੀਂ, ਕਿਉਂਕਿ ਬਣਨਾ ਨਵਾਂ ਅਕਾਲੀ ਦਲ ਹੀ ਦੁਬਾਰਾ ਸਿਰਜਣਾ ਕਰਨਾ ਪਊਗਾ ਫਰੋਮ ਦਾ ਰੂਟਸ, ਕਿਉਂਕਿ ਅਕਾਲੀ ਦਲ ਜਿਹੜਾ ਹੈਗਾ, ਸਾਨੂੰ ਸ਼੍ਰੋਮਣੀ ਅਕਾਲੀ ਦਲ ਚਾਹੀਦਾ, ਕੋਈ ਪਰਿਵਾਰ ਦਾ ਅਕਾਲੀ ਦਲ ਨਹੀਂ ਚਾਹੀਦਾ ਜੀ। ਅਤੇ ਉਹਨਾਂ ਨੂੰ ਨਵੇਂ ਸਿਰੇ ਤੋਂ ਰੀਓਰੀਐਂਟ ਕਰਨਾ ਪਊਗਾ, ਉਹਦੀ ਕਮਾਂਡ ਉਸ ਬੰਦੇ ਕੋਲ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਸੰਘਰਸ਼ ਲੜੇ ਹੋਣ, ਸੰਘਰਸ਼ ਹੰਢਾਏ ਹੋਣ, ਮਾਣ ਮੱਤੇ ਤਰੀਕੇ ਨਾਲ ਹੰਢਾਏ ਹੋਣ। ਇਹਨਾਂ ਦੇ ਸਪੋਕਸਮੈਨਾਂ ਵਾਂਗੂ ਇਹ ਨਹੀਂ ਕਿ ਕੈਟਾਗਰਾਈਜ਼ ਕਰ ਰਹੇ ਆ ਇਹ ਜੀ ਹੁਣ ਵੀ ਕਿਹੜਾ ਜ਼ਿਆਦਾ ਵੱਡਾ ਸਿੱਖ ਸੰਘਰਸ਼ ਦਾ ਯੋਧਾ ਸੀ ਅਤੇ ਕਿਹੜਾ ਨਹੀਂ ਸੀਗਾ। ਇੱਥੇ ਜੇ ਆਪਾਂ ਨਾਂ ਲੈਣ ਲੱਗੀਏ ਤਾਂ ਬਹੁਤ ਵੱਡੀ ਲਾਈਨ ਆ ਜਿਹਨਾਂ ਦੇ ਨਾਲ ਮਾਣ ਮੱਤਾ ਇਤਿਹਾਸ ਜੁੜਿਆ ਹੋਇਆ, ਜਗਰਾਜ ਸਿੰਘ, ਤੂਫਾਨ ਸਿੰਘ ਹੁਣਾਂ ਨੂੰ ਭੁੱਲਣਾ ਜਾਓ, ਨਵਨੀਤ ਕਾਦੀ ਆ ਉਹਨਾਂ ਨੂੰ ਨਾ ਭੁੱਲੋ, ਪ੍ਰੀਤਮ ਸਿੱਖ ਵਰਗੇ ਡਾਕਟਰ ਨੂੰ ਨਾ ਭੁੱਲੋ, ਮੇਰੇ ਜੂਨੀਅਰ ਰਹੇ ਨੇ ਜੀ, ਮਤਲਬ ਕਿ ਇਹਨਾਂ ਲੋਕਾਂ ਨੂੰ ਕਿਵੇਂ ਭੁੱਲ ਜਾਵਾਂਗੇ ਆਪਾਂ ਜੀ? ਇਹ ਤਾਂ ਹੁਣ ਅਜਮੇਰ ਸਿੰਘ ਵਰਗੇ ਉੱਠ ਕੇ ਮੇਰਾ ਨਾਂ ਲੈ ਦਿੰਦੇ ਆ ਜੀ, ਇਹ ਕੈਰੀਅਰਿਸਟ ਆ, ਇਹਨੂੰ ਆਪਣੀ ਡਿਗਰੀ ਦਾ ਬਹੁਤ ਝੋਰਾ ਹੋਇਆ ਹੋਇਆ, ਅਸੀਂ ਇੱਦਾਂ ਦੀਆਂ ਡਿਗਰੀਆਂ 100 ਲੱਤ ਮਾਰਦੇ ਹਾਂ। ਜਦੋਂ ਲੋੜ ਸੀ ਪੰਥ ਨੂੰ, ਸਾਰਿਆਂ ਨਾਲੋਂ ਅੱਗੇ ਆ ਕੇ ਅਗਲੀ ਕਤਾਰ 'ਚ ਖੜ੍ਹੇ ਸੀ, ਜਦਕਿ ਕੋਈ ਘਰੋਂ ਉੱਠ ਕੇ ਤੁਰਨ ਨੂੰ ਤਿਆਰ ਨਹੀਂ ਸੀ। ਜਿਹੜੇ ਅੱਜ ਵਿਦਵਾਨ ਬਣੇ ਹੋਏ ਆ, ਕੋਈ ਘਰਾਂ 'ਚੋਂ ਨਿਕਲਣ ਨੂੰ ਤਿਆਰ ਨਹੀਂ ਸੀ, ਸਾਰਿਆਂ ਦੇ ਘਰਾਂ 'ਚ ਜਾ ਕੇ ਦਸਤਕ ਦਿੱਤੀ ਸੀ ਵੀ ਆਓ ਵੀ ਹੁਣ ਵੇਲਾ। ਅਤੇ ਮੈਂ ਤਾਂ ਸੰਤ ਦੇਖੇ ਵੀ ਨਹੀਂ, ਅਸੀਂ ਤਾਂ ਢੱਠਿਆ ਦਰਬਾਰ ਸਾਹਿਬ ਹੀ ਦੇਖਿਆ, ਜਿਹੜਾ ਕਿ ਅਸੀਂ ਪ੍ਰਜ਼ਰਵ ਕਰਨਾ ਚਾਹੁੰਦੇ ਸੀ ਵੀ ਇਹਨੂੰ ਦੁਬਾਰਾ ਬਣਾਇਆ ਨਾ ਜਾਵੇ, ਪਰ ਅਸੀਂ ਬਹੁਤ ਯੰਗ ਸੀ, ਸਾਡੀ ਸੁਣੀ ਨਹੀਂ ਗਈ। ਹਿਸਟਰੀ ਨੂੰ ਪ੍ਰਜ਼ਰਵ ਕੀਤਾ ਜਾਂਦਾ, ਨਾ ਕਿ ਰੀਬਿਲਡ ਕੀਤਾ ਜਾਂਦਾ ਨਵੇਂ ਸਿਰਿਓ। ਆਪਣੇ ਕੋਲ ਤਾਂ ਕੋਈ ਨਿਸ਼ਾਨੀ ਹੈ ਨਹੀਂ, ਈਵਨ ਦਿੱਲੀ ਕਤਲੇਆਮ ਦੀ ਕੋਈ ਨਿਸ਼ਾਨੀ ਹੈ ਨਹੀਂ, ਕੋਈ ਤਾਂ ਗੁਰਦੁਆਰਾ ਆਪਾਂ ਸੜਿਆ ਰੱਖ ਲੈਂਦੇ। ਕਿੰਨੇ ਗੁਰਦੁਆਰੇ, 100 ਬੱਧੀ ਗੁਰਦੁਆਰੇ ਸਾੜੇ ਸੀ, ਕੋਈ ਤਾਂ ਗੁਰੂ ਸਾਹਿਬ ਦਾ ਜਿਹੜਾ ਸਰੂਪ ਉਹਨਾਂ ਨੇ ਖਿਲਾਰੇ ਸੀ, ਉਹ ਕੋਈ ਤਾਂ ਪ੍ਰਜ਼ਰਵ ਕਰ ਲੈਂਦੇ ਆਪਾਂ, ਉਹਨੂੰ ਆਪਾਂ ਆਪਣੇ ਅਜਾਇਬ ਘਰ 'ਚ ਰੱਖਦੇ ਜੀ, ਤਾਂ ਕਿ ਯਾਦ ਤਾਂ ਰਹਿੰਦੀ ਸਾਡੀ। ਮਤਲਬ ਕਿ ਉਹ ਚੀਜ਼ਾਂ ਬਚਾਉਣੀਆਂ ਕਿਹਦਾ ਫਰਜ਼ ਸੀਗਾ? SGPC ਦਾ। ਲੋਕਾਂ ਦੇ ਆਪਾਂ ਦੇਖਦੇ ਹਾਂ ਕ੍ਰਿਸਚਨ ਇੰਨੇ ਵਧੇ ਫੁੱਲੇ ਕਿਉਂ ਆ, ਉਹਨਾਂ ਦੀਆਂ ਚਰਚਾਂ ਨੇ ਜਿਹੜੇ ਜਿਹੜੇ ਥਾਵਾਂ 'ਤੇ ਉਹਨਾਂ ਦੀਆਂ ਚਰਚਾਂ ਸੀਗੀਆਂ, ਜਿੱਥੇ ਮਿਲਟਰੀ ਰੂਲਰ ਸੀ, ਡਿਕਟੇਟਰਸ਼ਿਪਾਂ ਸੀਗੀਆਂ, ਉਹਨਾਂ ਨੇ ਉੱਥੋਂ ਦਾ ਇਤਿਹਾਸ ਨੂੰ ਪ੍ਰਜ਼ਰਵ ਕੀਤਾ ਵੀ ਸਾਡੇ ਨਾਲ ਕਿਹੜੇ ਵੇਲੇ ਸਾਡੇ ਲੋਕਾਂ 'ਤੇ ਕਿੱਥੇ ਜਾਇਜ਼ਤੀ ਹੋਈ, ਸਾਡੇ ਕ੍ਰਿਸਚਨਾਂ ਨੂੰ ਕਿੱਥੇ ਮਤਲਬ ਕਿ ਲਤਾੜਿਆ ਗਿਆ, ਕਿੱਥੇ ਮਾਰਿਆ ਗਿਆ, ਉਹ ਸਾਰੇ ਡਾਕੂਮੈਂਟ ਨੇ ਲਿਖਤੀ ਜੀ। ਅਤੇ ਕਹੋ ਤਾਂ ਮੈਂ ਫਿਰ ਡਾਕੂਮੈਂਟ ਤੁਹਾਨੂੰ ਸਾਹਮਣੇ ਰੱਖ ਲਊਗਾ। ਅਤੇ ਆਪਣੇ SGPC ਕੋਲ ਕੋਈ ਆਪਣੇ ਇਤਿਹਾਸ ਦਾ ਵਰਕਾ ਹੈਗਾ? ਸਵਾਏ ਕਹਿਣ ਨੂੰ ਕਿ ਸਾਡਾ ਮਾਣ ਮੱਤਾ ਇਤਿਹਾਸ ਆ, ਆਪਣਾ ਸਾਰਾ ਆਪਾਂ ਸਿੱਖਾਂ ਦੀ ਜਿਹੜੀ ਐਡੀ ਵੱਡੀਆਂ ਕੁਰਬਾਨੀਆਂ ਸੀਗੀਆਂ, ਇਹ ਇੰਡੀਆ ਦੀ ਇੰਡੀਪੈਂਡੈਂਸ ਦੇ ਲੇਖੇ ਲਾਤੀਆਂ, ਆਪਣਾ ਸਿੱਖ ਰਾਜ ਭੁੱਲ ਗਏ ਆਪਾਂ? ਜਿਵੇਂ ਕੁੱਕੀ ਜੀ, ਬਹੁਤ ਸਾਰੇ ਲੋਕ ਆ, ਤੁਸੀਂ ਹੋਗੇ, ਬਿੱਟੂ ਜੀ ਹੋਗੇ, ਬਹੁਤ ਸਾਰੇ ਹੋਰ ਲੋਕ ਆ ਜਿਹਨਾਂ ਨੇ ਸੰਘਰਸ਼ ਦੇਖਿਆ ਹੈਗਾ, ਕੀ ਪੋਲੀਟੀਕਲ ਤੌਰ ਦੇ ਉੱਤੇ ਹੈਗਾ ਤੁਹਾਡੇ ਅੰਦਰ ਵੀ ਸਾਨੂੰ ਅਸੀਂ ਮੂਹਰੇ ਆ ਸਕਦੇ ਹਾਂ ਜਾਂ ਅਸੀਂ ਆਈਏ ਜਾਂ ਉਹ ਤੁਹਾਡੇ ਜੇ ਮੌਕਾ ਦੇਣਗੇ ਤਾਂ ਜ਼ਰੂਰ ਆਵਾਂਗੇ। ਇਹ ਗੱਲਾਂ ਤਾਂ ਪੰਥ ਨੇ ਪਛਾਣਨੀਆਂ ਸੀ ਨਾ, ਹਾਂ, ਇਹ ਗੱਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪਛਾਣਨੀਆਂ ਸੀਗੀਆਂ, ਮੇਰੇ ਤਾਂ ਕੋਈ ਕਾਨੂੰਨੀ ਬਾਰ ਨਹੀਂ ਹੁਣ ਕਿ ਮੈਂ ਚੋਣ ਲੜ ਨਹੀਂ ਸਕਦਾ। ਕੀ ਇਹ ਦੇਣਗੇ ਸਾਨੂੰ ਟਿਕਟਾਂ?
ਪਤਾ ਤਾਂ ਫਿਰ ਲੱਗੂ ਨਾ, ਫਿਰ ਦੇਖਣ ਸਾਡਾ ਇਤਿਹਾਸ ਵੀ ਸਾਡੀ ਕੀ ਕਾਰਜਕਾਰੀ ਹੁੰਦੀ ਆ। ਇਹਨਾਂ ਨੇ ਤਾਂ ਹੁਣ ਬਹੁਤ ਚਿਰ ਰਾਜ ਕਰਕੇ ਦੇਖ ਲਏ, ਹੁਣ ਤੁਸੀਂ ਕਿਸੇ ਲਈ ਰਾਹ ਛੱਡ ਦਿਓ? ਇੱਕ ਵੀ ਬੰਦਾ ਮੈਨੂੰ ਇਸ ਟਾਈਮ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਿਖਾ ਦਿਉ ਜਿਹਦਾ ਕੋਈ ਸਿੱਖ ਇਤਿਹਾਸ ਹੋਵੇ। ਕਹਿੰਦੇ ਤਾਂ ਹੈਗੇ ਸਾਰੇ, ਚੰਦੂ ਮਾਜਰਾ ਵੀ ਕਹਿੰਦਾ ਮੈਂ ਬੜੀ ਚਿਰ ਜੇਲ੍ਹ ਕੱਢੀ, ਕਰਪਸ਼ਨ ਚਾਰਜਸ ਜੇਲ੍ਹ ਕੱਟੀ ਆ ਰਬੇਰੋ ਵੇਲੇ। ਦੱਸ ਦਿਉ ਇਹਨਾਂ ਨੇ ਗਗਨਦੀਪ ਬਰਨਾਲੇ ਦੇ ਮੁੰਡੇ ਨਾਲ ਰਲ ਕੇ ਇਹਨਾਂ ਨੇ ਕੀਤਾ ਕੀ ਸੀ? ਦਰਬਾਰ ਸਾਹਿਬ ਗੋਲੀ ਚਲਵਾਈ ਸੀ ਅੰਦਰ, ਤਾਬਿਆਂ ਬੈਠੇ ਸਿੰਘ ਦੇ ਗੋਲੀ ਮਾਰੀ ਸੀ ਇਹਨਾਂ ਨੇ। ਜਿਵੇਂ ਗਗਨਦੀਪ ਦਾ ਜਿਉਂਦਾ ਹੀ ਆ ਗਗਨਦੀਪ ਅਜੇ ਤਾਂ ਜੀ, ਬਰਨਾਲਾ ਸਾਹਿਬ ਹੈ ਨਹੀਂ ਗੇ ਜੀ। ਅਤੇ ਕੀ ਕੀਤਾ ਸੀ ਇਹਨਾਂ ਨੇ ਉਸ ਰਜੀਮ ਦੇ ਦੌਰਾਨ? ਬਲਕਿ ਇਹ ਤਾਂ ਇਤਿਹਾਸ, ਅੱਜ ਦਾ ਇਤਿਹਾਸ ਆ, ਇਹ ਤਾਂ ਕੋਈ ਗੁਆਚਿਆ ਹੋਇਆ ਇਤਿਹਾਸ ਨੀਗਾ। ਜਿਵੇਂ ਹੁਣ ਕਿਉਂਕਿ ਜੀ ਲੋਕ ਸਭਾ ਚੋਣਾਂ ਗਈਆਂ 2024 ਦੀਆਂ, ਇੱਥੋਂ ਐਮ ਪੀ ਨੇ ਰਵਨੀਤ ਬਿੱਟੂ, ਉਹਨਾਂ ਦਾ ਵੀ ਜੋ ਉਹਨਾਂ ਬਾਰੇ ਵੀ ਲੋਕ ਜਾਣਦੇ ਆ। ਪਰ ਦੂਜੇ ਪਾਸੇ ਜੇ ਅਕਾਲੀ ਦਲ ਦੀ ਗੱਲ ਕਰਦੇ, ਜੇ ਅਕਾਲੀ ਦਲ ਤੁਹਾਨੂੰ ਟਿਕਟ ਦਿਉ, ਤੁਸੀਂ ਤਿਆਰ ਹੋ ਕਿ ਤੁਸੀਂ ਲੀਡਰਸ਼ਿਪ ਨੂੰ ਨਕਾਰ ਦਿਓ ਵੀ ਇਹਨਾਂ ਨੂੰ ਭੰਗ ਕਰਕੇ ਫੇਰ ਜੇ ਕੋਈ ਨਵਾਂ ਅਕਾਲੀ ਦਲ ਬਣਦਾ? ਨਹੀਂ, ਅਸੀਂ ਤਾਂ ਅਕਾਲੀ ਦਲ ਨੂੰ ਅੱਜ ਵੀ ਸਮਰਪਿਤ ਹਾਂ। ਅਸੀਂ ਕਿਹਾ ਅਸੀਂ ਹੁਣ ਕਿਹਦੇ ਨਾਲ ਜਾਵਾਂਗੇ, ਭਾਰਤੀ ਜਨਤਾ ਪਾਰਟੀ ਨੂੰ ਜਾਂ ਅਸੀਂ ਕਾਂਗਰਸ ਨਾਲ ਜਾਵਾਂਗੇ? ਮੈਂ ਤਾਂ ਕਹਿੰਦਾ ਕਿ ਸਾਰੀ ਕਾਂਗਰਸ ਕਟਹਿਰੇ 'ਚ ਆਉਣੀ ਚਾਹੀਦੀ, ਜਿਹੜੀ ਇਹਨਾਂ ਦੀ ਟੌਪ ਲੀਡਰਸ਼ਿਪ ਆ, ਜਿਹਨਾਂ ਨੇ 84 ਦਾ ਕਤਲੇਆਮ ਕਰਾਇਆ, ਸਾਡੇ ਦਰਬਾਰ ਸਾਹਿਬ 'ਤੇ ਆਰਮੀ ਅਟੈਕ ਕਰਾਇਆ। ਮੈਂ ਪੱਟਾ ਵੀ ਕੀਤੀ ਸੀ ਪਟੀਸ਼ਨ ਕਿ ਆਪਾਂ ਕਲੈਕਟਿਵ ਸੂਟ ਲੈ ਕੇ ਆਈਏ ਵੀ ਇਹਨਾਂ ਦੀ ਸੋਚ ਨੇ ਸਾਡੇ ਖਿਲਾਫ਼ ਇਸ ਤਰ੍ਹਾਂ ਦੀ ਸਾਜ਼ਿਸ਼ ਰਚੀ ਆ, ਉਹਨੂੰ ਅੰਜਾਮ ਦਿੱਤਾ ਜੀ, ਜਿਹਦੇ ਸਾਡੇ ਹਜ਼ਾਰਾਂ ਬੰਦੇ ਪੈਰਿਸ਼ ਹੋ ਗਏ। ਅੱਜ ਤੱਕ ਅਸੀਂ ਹੁਣ ਦੇਖੋ ਇਜ਼ਰਾਈਲ ਦੀ ਗਾਜ਼ਾ 'ਚ ਲੜਾਈ ਚੱਲ ਰਹੀ ਆ, ਸਾਊਥ ਅਫਰੀਕਾ ਮੁਲਕ ਆ ਇੱਕ ਜਿੱਥੇ ਨੈਲਸਨ ਮੰਡੇਲਾ ਹੋਇਆ ਜੀ, ਉਹਨਾਂ ਨੇ ਇੱਕ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਈ ਆ ਕਿ ਇਹ ਜੋ ਕੁਛ ਇਜ਼ਰਾਈਲ ਗਾਜ਼ਾ ਵਿੱਚ ਕਰ ਰਿਹਾ, ਵੈਸਟ ਬੈਂਕ ਵਿੱਚ ਆਕੂਪਾਈਡ 'ਚ ਕਰ ਰਿਹਾ, ਇਹ ਜੈਨੋਸਾਈਡ ਆ, ਇਹ ਤਾਂ ਜੈਨੋਸਾਈਡ ਦਾ ਟ੍ਰਾਇਲ ਚੱਲਣਾ ਚਾਹੀਦਾ ਜਿਵੇਂ ਨਾਜ਼ੀਆਂ ਦਾ ਚੱਲਿਆ ਸੀ। ਅਮਰੀਕਾ ਉਹਦਾ ਵਿਰੋਧ ਕਰ ਰਿਹਾ, ਪਰ ਹੁਣ ਉਹਦੀ ਤਰੀਕ ਮੇਰਾ ਅਗਲੇ ਆਉਣ ਵਾਲੇ ਕੁਛ ਦਿਨਾਂ 'ਚ ਪਹਿਲੀ ਹੀਅਰਿੰਗ ਹੋਣੀ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ, ਜਿੱਥੇ ਇਹ ਵਿਚਾਰਿਆ ਜਾਊਗਾ ਕਿ ਕੀ ਇਹ ਜੈਨੋਸਾਈਡ ਆ ਕਿ ਨਹੀਂ ਆ। ਉਹਦੇ ਲਈ ਨੋਟਿਸ ਜਾਰੀ ਹੋ ਚੁੱਕੇ ਨੇ, ਅਸੀਂ ਤਾਂ ਕਿਤੇ ਸਿੱਖ ਜਿਹੜੇ ਅਸੀਂ ਤਾਂ ਉੱਥੋਂ ਤੱਕ ਪਹੁੰਚ ਹੀ ਨਹੀਂ ਸਕੇ ਕਿਉਂਕਿ ਅਸੀਂ ਕਦੀ ਵਿਉਂਤਬੰਦੀ ਕੀਤੀ ਨਹੀਂ। ਇਹ ਕੰਮ ਅਕਾਲੀ ਦਲ ਦੇ ਕਰਨ ਵਾਲੇ ਸੀ ਵੀ ਜੇ ਸਾਡੀ ਇੱਥੇ ਇੰਡੀਆ ਦੀਆਂ ਕੋਰਟਸ ਵਿੱਚ ਹਜੇ ਤੱਕ ਆਪਾਂ ਜਗਦੀਸ਼ ਟਾਈਟਲਰ ਹੋਣਾ ਤੇ ਇਹੀ ਕੋਰਟਾਂ ਵਿੱਚ CBI ਤੋਂ ਘੁਆਉਂਦੇ ਫਿਰਦੇ ਵੀ ਹਾਂ ਇਹਨਾਂ ਦੇ ਦੋਸ਼ ਆਇਦ ਹੋ ਸਕਦੇ ਨੇ। ਜੇ ਆਪਾਂ 40 ਸਾਲਾਂ ਬਾਅਦ ਇੱਥੇ ਪਹੁੰਚੇ ਹਾਂ ਤਾਂ ਫਿਰ ਆਪਣੀ ਦੇਖ ਲਓ ਕਿੱਥੇ ਆਪਾਂ ਖੜੇ ਹਾਂ, ਕਿੰਨੀ ਵਾਰ ਆਪਾਂ ਭਾਈਵਾਲ ਰਹੇ ਹਾਂ। ਜੇ ਸ਼੍ਰੋਮਣੀ ਅਕਾਲੀ ਦਲ ਸਾਨੂੰ ਅੱਜ ਵੀ ਆਵਾਜ਼ ਮਾਰੂਗਾ, ਭੱਜਦੇ ਨਹੀਂ। ਸੁਖਬੀਰ ਬਾਦਲ ਕਹਿਣਗੇ ਤੁਸੀਂ ਨਾਲ ਖੜੋਗੇ? ਨਹੀਂ, ਪਰਿਵਾਰਵਾਦ ਦਾ ਥੋੜ੍ਹਾ ਸਿਆਸਤ ਹੈ, ਇਹ ਤਾਂ ਪੰਥ ਦਾ ਹੀ ਗੱਲ ਆ। ਜੇ ਪੰਥ ਦੀ ਆਊਗੀ ਤਾਂ ਜ਼ਰੂਰ ਜਾਵਾਂਗੇ, ਸਾਡੇ ਕੋਲ ਇੰਨਾ ਸਰਮਾਇਆ ਨਹੀਂ ਹੈਗਾ ਕਿ ਅਸੀਂ ਆਪਣੇ ਲੈਵਲ 'ਤੇ ਲੜ ਸਕੀਏ, ਪਰ ਦੇਖਦੇ ਹਾਂ, ਆਪਸ਼ਨਸ ਆਰ ਆਲਵੇਸ ਓਪਨ। ਜਿਵੇਂ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਹੈਗੀਆਂ, ਖਾਸ ਕਰਕੇ ਇੱਥੇ ਮੈਂ ਜ਼ਿਕਰ ਕਰੂੰਗਾ ਬੀਬੀ ਖਾਲੜਾ ਜੀ ਦਾ, ਉਹ ਵੀ ਚੋਣਾਂ 'ਚ ਖੜ੍ਹੇ ਹੋਏ, ਜਾਂ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਪੰਥਕ ਲੋਕ ਚੋਣਾਂ 'ਚ ਖੜ੍ਹਦੇ ਆ, ਪਰ ਉਹਨਾਂ ਨੂੰ ਉਹੋ ਜਿਹਾ ਹੁੰਗਾਰਾ ਨਹੀਂ ਮਿਲਦਾ, ਮਤਲਬ ਜੋ ਕੁਛ ਉਹਨਾਂ ਨੇ ਕੌਮ ਲਈ ਜਾਂ ਪੰਥ ਲਈ ਜਾਂ ਦੇਸ਼ ਪੰਜਾਬ ਲਈ ਕੀਤਾ। ਤੁਹਾਨੂੰ ਲੱਗਦਾ ਵੀ ਬਹੁਤ ਮਾੜੀ ਗੱਲ ਹੋਈ ਜਿਹੜਾ ਬੀਬੀ ਖਾਲੜਾ ਨੂੰ ਹਰਾਇਆ, ਤੇ ਜਿਹੜੀ ਹੁਣ ਬੀਬੀ ਜਗੀਰ ਕੌਰ ਇੰਨਾ ਬੋਲ ਰਹੇ ਆ ਪੰਥ ਵੀ ਮੈਂ ਪੰਥ ਨੂੰ ਸਮਰਪਿਤ ਹਾਂ, ਤੇ ਫਿਰ ਜਦੋਂ ਇਹ ਬੀਬੀ ਖਾਲੜਾ ਦੇ ਉਲਟ ਅਕਾਲੀ ਦਲ ਨੇ ਖੜੀ ਕੀਤੀ ਕਿ ਬੀਬੀ ਦਾ ਨੈਤਿਕ ਫਰਜ਼ ਨਹੀਂ ਸੀਗਾ ਕਿ ਆਪਣੀ ਪਿੱਛੇ ਹਟ ਜਾਂਦੀ ਆਪਣੀ ਸੀਟ ਤੋਂ, ਉਹਨਾਂ ਨੂੰ ਵੀ 2 ਲੱਖ ਤੋਂ ਉੱਤੇ ਵੋਟ ਮਿਲੀ ਸੀ ਬੀਬੀ ਖਾਲੜਾ ਨੂੰ, ਜਿਹੜੀ ਖਡੂਰ ਸਾਹਿਬ ਹਲਕੇ 'ਚੋਂ ਖੜੇ ਸੀ ਉਹ, ਤੇ ਕੀ 2019 'ਚੋਂ ਪਿੱਛੇ ਹਟ ਨਹੀਂ ਸਕਦੇ ਸੀ? ਇਹ ਆਪਣੀ ਤੁਲਨਾ ਬੀਬੀ ਖਾਲੜਾ ਨਾਲ ਕਰਕੇ ਤਾਂ ਦੇਖਦੇ ਵੀ ਉਹਨਾਂ ਦਾ ਕੀ ਇਤਿਹਾਸ ਆ ਤੇ ਸਾਡਾ ਕੀ ਇਤਿਹਾਸ ਆ। ਮੈਂ ਚਲੋ ਮੈਂ ਰਿਸਪੈਕਟ ਕਰਦਾ ਬੀਬੀ ਜਗੀਰ ਕੌਰ ਦੀ, ਪਰ ਮੈਂ ਕਦੀ ਮਿਲਿਆ ਤਾਂ ਹੈ ਨਹੀਂ ਉਹਨਾਂ ਨੂੰ ਜੀ, ਪਰ ਜਿਸ ਤਰ੍ਹਾਂ ਉਹ ਹੁਣ ਬੋਲ ਰਹੇ ਆ ਪੰਥਕ ਵਿਚਾਰ ਰੱਖ ਰਹੇ ਆ, ਕੀ ਇਹ ਜਦੋਂ ਅਕਾਲੀ ਦਲ ਦੇ ਵਿੱਚ ਸੀ ਉਦੋਂ ਇਹਨਾਂ ਦੇ ਵਿਚਾਰ ਸੀ ਇਹ, ਜਾਂ ਕਿਤੇ ਕੋਈ ਪਬਲਿਕ ਹੋਏ ਹੋਣ, ਜਾਂ ਇਹਨਾਂ ਨੇ ਜਿਹੜੇ ਮੱਕੜ ਸਾਹਿਬ ਵੇਲੇ ਮਾਫ਼ੀਨਾਮੇ ਸਾਈਨ ਹੋਏ ਨੇ, ਕੀ ਇਹਨਾਂ ਨੇ ਉਹਦੇ ਬਾਰੇ ਰਿਗਰੈਟ ਕਰਕੇ ਉਹਨਾਂ ਨੂੰ ਕਿਹਾ ਵੀ ਇਹ ਗਲਤ ਹੋਇਆ ਸੀ ਜਦੋਂ ਇਹ ਬਤੌਰ ਪ੍ਰਧਾਨ ਸੀਗੇ?
ਤੁਹਾਡੇ ਨਾਲ ਕੋਈ ਅਕਾਲੀ ਲੀਡਰ ਸੰਪਰਕ ਕਰਦਾ ਹੈ? ਨਹੀਂ, ਮੈਨੂੰ ਮਿਲਦੇ ਰਹਿੰਦੇ ਆ ਸਾਰੇ ਵੀ ਪੰਜੀ ਬਨੂਤੋਂ ਤੱਕ ਮਿਲਦੇ ਰਹਿੰਦੇ ਨੇ। ਜਿੱਥੇ ਆਪਾਂ ਕਿਸੇ ਫੰਕਸ਼ਨ ਵਗੈਰਾ 'ਤੇ ਕਦੀ ਇਕੱਠੇ ਹੁੰਦੇ ਹਾਂ ਤਾਂ ਮੈਨੂੰ ਬੜਾ ਰਿਸਪੈਕਟਫੁਲੀ ਮਿਲਦੇ ਆ। ਉਹ ਤੁਹਾਨੂੰ ਇਹ ਜਿਹਾ ਇੰਟਰਸਟ ਦਿਖਾਉਂਦੇ ਆ ਵੀ ਤੁਸੀਂ ਆਓ ਅਕਾਲੀ ਦਲ 'ਚ ਜਾਓ? ਕਦੀ ਇਸ ਬਾਰੇ ਨਹੀਂ ਮੇਰੇ ਨਾਲ ਗੱਲ ਕੀਤੀ। ਤੁਹਾਨੂੰ ਲੱਗਦਾ ਹੈਗਾ ਵੀ ਜਮਾਂ ਨੀਹਾਂ ਤੋਂ ਸ਼ੁਰੂ ਕਰਨਾ ਪੈਣਾ ਦੁਬਾਰਾ? ਬਿਲਕੁਲ, ਥੱਲਿਓਂ ਸ਼ੁਰੂ ਕਰਨਾ ਪਊਗਾ ਦੁਬਾਰਾ। ਨੀਹਾਂ ਪੱਟ ਕੇ, ਪਰ ਨੀਹਾਂ ਤਾਂ ਪੱਟੀਆਂ ਗਈਆਂ ਹੀ ਨੇ, ਹੁਣ ਤਾਂ ਨਵੀਂ ਸਿਰਜਣਾ ਕਰਨੀ ਪਊਗੀ। ਅੱਜ ਵੀ ਜਾਣ ਆ ਅਕਾਲੀ ਦਲ ਦੇ ਵਿੱਚ, ਜੇ ਉਹ ਚਿਹਰੇ ਬਦਲ ਲੈਣ, ਚਿਹਰੇ ਉਹ ਲਿਆਉਣ ਜਿਹੜੇ ਸੰਘਰਸ਼ਮਈ 'ਚੋਂ ਆ, ਵਾਕਈ ਜਿਹੜੇ ਮਾਣ ਮੱਤੇ ਇਤਿਹਾਸ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਲੋੜ ਪਈ ਅਤੇ ਪੰਥ ਦੀ ਆਵਾਜ਼ ਨੂੰ ਪਛਾਣਿਆ ਅਤੇ ਆਪ ਆ ਕੇ ਅੱਗੇ ਆਪਣੇ ਡਾਹਿਆ। ਪਰ ਜਿਹੇ ਜੀ ਧੜੇਬੰਦੀ ਆ, ਜਿਹੇ ਜੀ ਜਿਹੜਾ ਤੁਹਾਨੂੰ ਲੱਗਦਾ ਵੀ ਉਹ ਹੋਣ ਦੇਣਗੇ ਇਹੋ ਜਿਹਾ ਕੁਛ ਪੋਸੀਬਲ ਜਾਏ? ਇਹ ਤਾਂ ਹੁਣ ਫਿਰ ਉਹਨਾਂ ਦੀ ਕਿਸਮਤ ਆ। ਅਸੀਂ ਕਿਹੜਾ ਚੌਧਰਾਂ ਲਈ ਆਪਣੇ ਘਰ ਬਾਹਰ ਛੱਡੇ ਸੀ, ਪਰ ਜੇ ਲੋੜ ਪਊ ਸੇਵਾ ਦੀ ਤਾਂ ਜਾਵਾਂਗੇ। ਮਤਲਬ ਤੁਸੀਂ ਇਹ ਸਟਰੋਂਗ ਬਿਲੀਵ ਕਰਦੇ ਹੋ ਵੀ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਆ ਉਹੀ ਸਾਂਭ ਸਕਦੀ ਆ? ਬਿਲਕੁਲ, ਖੇਤਰੀ ਪਾਰਟੀ ਸਾਂਭ ਸਕਦੀ ਆ ਸਾਨੂੰ ਮੁੱਢੋਂ, ਜੇ ਆਪਾਂ ਅਸੀਂ ਆਪਣੀ ਪ੍ਰਭਸੁੱਤਾ ਲੈਣੀ ਆ, ਉਸ ਰਾਹ 'ਤੇ ਅਸੀਂ ਅੱਗੇ ਵਧਣਾ ਤਾਂ ਸਾਨੂੰ ਪਹਿਲੇ ਸਟੇਟ ਦੇ ਵਿੱਚ ਹੀ ਆਪਣੀ ਧਾਕ ਜਮਾਉਣੀ ਪਊਗੀ, ਜਿਵੇਂ ਸਾਊਥ 'ਚ ਹੋ ਰਿਹਾ ਹੈਗਾ। ਬਿਲਕੁਲ ਹੋ ਰਿਹਾ ਸਾਊਥ 'ਚ। ਸਾਊਥ ਅੱਜ ਵੀ ਪੈਰੀਆਰ ਦੀ ਸੋਚ ਨਾਲ ਬੱਝਿਆ ਹੋਇਆ ਜੀ। ਪੈਰੀਆਰ ਕੀ ਸੋਚ ਹੈਗੀ? ਪ੍ਰਭਸੁੱਤਾ ਦੀ ਸੋਚ ਆ। ਸਾਡੇ ਕੋਲ ਜਦੋਂ ਅਕਾਲੀ ਦਲ ਜਿੱਦਣ ਸਿਰਜਣਾ ਹੋਈ, ਇਹਨੂੰ ਦੋ ਹੀ ਤਾਂ ਜ਼ਿੰਮੇਵਾਰੀਆਂ ਲਾਈਆਂ ਸੀ ਵੀ ਆਪਣੀ ਰਾਜਨੀਤੀ ਨੂੰ ਤੁਸੀਂ ਇਸ ਤਰ੍ਹਾਂ ਸਿਰਜਣਾ ਕਿ ਜਿਸ ਰਾਹੀਂ ਸਿੱਖ ਕੌਮ ਦੀ ਜਿਹੜੀ ਪ੍ਰਭਸੁੱਤਾ ਉਹ ਹਮੇਸ਼ਾ ਬਣੀ ਰਹੇ, ਅਤੇ ਜਿਹੜਾ ਸਾਡਾ ਸਿਧਾਂਤ ਆ ਮੇਰੀ ਪੀੜ੍ਹੀ ਦਾ ਉਹ ਹਮੇਸ਼ਾ ਕਾਇਮ ਰਹੇ। ਅਤੇ ਜਿੰਨੇ ਵੀ ਅਕਾਲੀ ਦਲ ਆ, ਮੈਂ ਇੱਥੇ ਅੰਮ੍ਰਿਤਸਰ ਦਾ ਵੀ ਜ਼ਿਕਰ ਕਰੂੰਗਾ, ਮਾਨ ਸਾਹਿਬ ਦਾ, ਤੁਹਾਨੂੰ ਲੱਗਦਾ ਵੀ ਇੱਕ ਹੋਣਾ ਚਾਹੀਦਾ? ਬਿਲਕੁਲ ਇੱਕ ਹੋਣਾ ਸੀ। ਮਾਨ ਸਾਹਿਬ ਨੇ ਅੱਜ ਤਾਈਂ ਨਾਅਰੇ ਤੋਂ ਬਗੈਰ ਆਪਾਂ ਨੂੰ ਸਿਆਸਤ ਦਿੱਤੀ ਕਿਹੜੀ ਆ? ਜੇ ਨਾਅਰਿਆਂ ਨਾਲ ਹੀ ਕੁਛ ਅਰਪਣ ਹੋਣਾ ਹੁੰਦਾ ਤਾਂ ਦੱਸ ਦੇਣ ਕਿ ਅਸੀਂ ਪਿਛਲੇ 40-50 ਸਾਲਾਂ ਤੋਂ ਕੀ ਖੱਟ ਲਿਆ। ਨੌ MP ਵੀ ਆਪਾਂ ਬਣਾ ਕੇ ਭੇਜਤੇ ਅਤੇ ਕੀ ਸਾਡੇ ਲਈ ਲੈ ਕੇ ਆਏ ਉਹ ਪਾਰਲੀਮੈਂਟ 'ਚੋਂ? ਤੀਜੀ ਵਾਰ ਤਾਂ ਮਾਨ ਸਾਹਿਬ ਚੱਲੇ ਗਏ ਹੋਏ ਆ ਹੁਣ ਜੀ, ਅਤੇ ਮੈਂ ਦਿਖਾਉਣ ਜਿਹੜੀਆਂ ਗੱਲਾਂ ਇਹ ਬਾਹਰ ਕਰਦੇ ਨੇ ਜੀ, ਕੋਈ ਪਾਰਲੀਮੈਂਟ 'ਚੋਂ ਤਾਂ ਕੋਈ ਸਪੀਚ ਤਾਂ ਆਵੇ ਨਾ ਬਾਹਰ, ਕੋਈ ਲਿਖਤੀ ਆਵੇ ਬਿਆਨ ਵੀ ਮੈਂ ਸਟੇਟਮੈਂਟ ਸਬਮਿਟ ਕੀਤੀ ਸੀ, ਮੇਰੇ ਬੋਲਣ ਨਹੀਂ ਦਿੱਤਾ ਜਾਂ ਕੀ ਆ। ਉਸ ਹਾਊਸ ਵਿੱਚ ਤਾਂ ਤੁਸੀਂ ਕੁਛ ਵੀ ਬੋਲ ਸਕਦੇ ਹੋ, ਉੱਥੇ ਕਿਉਂ ਨਹੀਂ ਕਦੀ ਇਹ ਜ਼ਿਕਰ ਕਰਦੇ ਕਿ ਇਹ ਕੰਸਟੀਟਿਊਸ਼ਨ 'ਤੇ ਦੁਬਾਰਾ ਰੀਰਾਈਟ ਹੋਣਾ ਚਾਹੀਦਾ, ਇਹਦੇ 'ਤੇ ਅਸੀਂ ਸਹਿਮਤੀ ਨਹੀਂ ਸੀ ਦਿੱਤੀ। ਅਤੇ ਕਿਉਂਕਿ ਇੱਕ ਜਿਵੇਂ ਹੁਣ ਬਹੁਤ ਜਿੱਥੇ ਵੀ ਜਾਂਦੇ ਆ, ਕਿਸੇ ਨਾਲ ਵੀ ਗੱਲ ਹੁੰਦੀ ਹੈ ਚਾਹੇ ਪੱਤਰਕਾਰਾਂ ਦੀ ਜਾਂ ਕਿਸੇ ਨਾਲ ਵੀ, ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਬਹੁਤ ਸਾਰਾ ਵੈਕਿਊਮ ਕ੍ਰੀਏਟ ਹੋ ਗਿਆ ਗਾ, ਚਿਹਰਾ ਕੋਈ ਬਚਿਆ ਨਹੀਂ ਜਾਂ ਬਚਣ, ਤੁਸੀਂ ਇਹਦੇ ਬਾਰੇ ਕਿਵੇਂ ਦੇਖਦੇ ਹੋ ਵੀ ਉਹ ਸਟੇਟ ਨੇ ਖਤਮ ਕੀਤਾ ਹੋਇਆ, ਕੋਈ ਬਚਣ ਨਹੀਂ ਦਿੱਤਾ ਗਿਆ, ਜਾਂ ਆਪਦੀਆਂ ਹੀ ਨੀਤਾਂ ਕਰਕੇ ਵੀ ਸਾਰੇ ਥੱਲੇ ਡਿੱਗ ਪਏ? ਐ ਨਾ ਕਿ ਵੈਕਿਊਮ, ਬਹੁਤ ਡੀਪ ਵੈਕਿਊਮ ਆ ਪੋਲੀਟੀਕਲ ਸਾਰੀਆਂ ਪਾਰਟੀਆਂ ਦੇ ਵਿੱਚ। ਈਵਨ ਕਿ ਜੇ ਆਪਾਂ ਜਿਹੜੀ ਪ੍ਰੈਜੈਂਟ ਰੂਲਿੰਗ ਪਾਰਟੀ ਆ CM ਭਗਵੰਤ ਮਾਨ ਦੀ ਜੀ, ਉਹਨਾਂ ਵਿੱਚ ਵੀ ਇੱਕ ਚਿਹਰੇ ਤੋਂ ਇਲਾਵਾ ਕੌਣ ਦੂਜਾ ਚਿਹਰਾ? ਉਹਨੇ ਜਾ ਕੇ ਨੈਸ਼ਨਲ ਲੈਵਲ 'ਤੇ ਪ੍ਰਚਾਰ ਕਰਨਾ ਹੁੰਦਾ, ਉਹੀ ਸਟੇਟ ਦਾ ਹੈਗਾ ਜੀ। ਮੈਂ ਇੱਥੋਂ ਤੱਕ ਕਦੀ ਕੋਈ CM ਨਹੀਂ ਦੇਖਿਆ ਹੁਣ ਤੱਕ ਦਾ, ਜਿੰਨਾ ਕੁ ਮੈਨੂੰ ਜਿੰਨੇ ਕੁ ਚਿਰ ਦਾ ਮੈਂ ਵਾਚ ਕਰ ਰਿਹਾ ਪੋਲੀਟਿਕਸ ਨੂੰ, ਕਿ ਉਹ ਨਿਯੁਕਤੀ ਪੱਤਰ ਬਣਦਾ ਫਿਰਦਾ ਹੋਇਆ। ਕੀ ਇਹ ਉਹਦੀ ਨੁਮਾਇਸ਼ ਲਾਉਣਾ ਚਾਹੁੰਦੇ ਜਾਂ ਉਹਨਾਂ ਨੂੰ ਇੱਕ ਸਾਨ ਕਰ ਰਹੇ ਆ ਇਹ ਨੌਕਰੀਆਂ ਦੇ ਕੇ? ਉਹ ਆਪਣੇ ਹੱਕ ਲਈ ਨੌਕਰੀਆਂ ਉਹਨਾਂ ਨੂੰ ਮਿਲ ਰਹੀਆਂ ਨੇ ਅਤੇ ਉਹ ਪ੍ਰੋਸੀਜਰ 'ਚ ਜਾਣ ਦਿਓ। ਐਡੇ ਐਡੇ ਸਮਾਗਮ ਰਚਾਉਂਦੇ ਹਾਂ ਇਹ ਸ਼ੋਅ ਕਰਨ ਨੂੰ ਕਿ ਅਸੀਂ ਲੋਕਾਂ ਨੂੰ ਖਰਾਤ ਵੰਡ ਰਹੇ ਹਾਂ। ਤੁਸੀਂ ਆਹ ਦੇਖ ਲਓ, 300 ਜਿਹੜੀ ਪਾਵਰ ਯੂਨਿਟ ਦਿੱਤੀ ਆ, ਹੁਣ ਉਹ 97% ਲੋਕ ਜਿਹੜੇ ਆ 0 ਬਿੱਲ ਦੇ ਰਹੇ ਆ। ਇਹ ਕਹਿ ਰਹੇ ਇਹਨੂੰ ਬਹੁਤ ਵੱਡੀ ਪ੍ਰਾਪਤੀ, ਮੈਂ ਕਹਿ ਰਿਹਾ ਇਹ ਬਹੁਤ ਵੱਡੀ ਸਾਡੀ ਉਦਾਸੀਨਤਾ ਕਿ ਅਸੀਂ ਇੱਕ ਇਹਨਾਂ ਦੀ ਆਪਣੀ ਚੌਧਰਲੀ ਵੋਟਾਂ ਖਰੀਦਣ ਲਈ ਸਟੇਟ ਦੇ ਪੈਸੇ ਵਰਤ ਕੇ ਇੱਕ ਆਪਾਂ ਐਡਾ ਪ੍ਰਫੁੱਲਤ ਆਪਣਾ ਅਦਾਰਾ ਪਾਵਰ ਕਾਰਪੋਰੇਸ਼ਨ ਨੂੰ ਡੁਬੋ ਰਹੇ ਹਾਂ ਜੀ। ਉਹ ਵਿੱਤੀ ਬੋਝ ਥੱਲੇ ਦੱਬ ਰਿਹਾ। ਤੁਸੀਂ 22,000 ਕਰੋੜ ਦੀ ਸਬਸਿਡੀ ਦੇ ਰਹੇ ਹੋ, ਅਤੇ ਸਬਸਿਡੀ ਕਿੱਥੋਂ ਦੇ ਰਹੇ ਹਾਂ? ਹਰ ਮਹੀਨੇ ਕਰਜ਼ੇ ਚੱਕ ਕੇ, ਕਰਜ਼ਾ ਆਪਣਾ ਵੱਧ ਕੇ 3,47,000 ਕਰੋੜ 'ਤੇ ਆ ਗਿਆ ਜੀ।
ਜਿਹੜਾ ਕਿ ਜਦੋਂ ਇਹ ਸਰਕਾਰ ਆਈ ਆ 2,81,000 ਕਰੋੜ ਸੀਗਾ। ਇਹ ਵਿੱਤੀ ਬੋਝ ਫਿਰ ਇਹ ਪੈਣੇ ਕਿਹਦੇ 'ਤੇ? ਸਾਡੇ 'ਤੇ, ਆਪਣੇ ਅਰਗਿਆਂ 'ਤੇ ਪੈਣੇ ਆ, ਜਿਹੜੇ ਆਪਾਂ ਗਲਤੀ ਕਰ ਰਹੇ ਹਾਂ ਕਿ ਅਸੀਂ ਟੈਕਸ ਵੀ ਪੇ ਕਰ ਰਹੇ ਹਾਂ, ਅਸੀਂ ਬਿਜਲੀ ਦੇ ਬਿੱਲ ਵੀ ਪੇ ਕਰ ਰਹੇ ਜੇ ਅਸੀਂ ਵੀ ਚਾਹੀਏ ਤਾਂ 6-6 ਮੀਟਰ ਲਵਾ ਲਈਏ। ਇਹੀ ਹੋ ਸਕਦਾ ਇਹ ਲੋਕਾਂ ਨੂੰ ਬੜਾਵਾ ਹੀ ਦੇ ਰਹੇ ਆ ਜੀ ਵੀ ਤੁਸੀਂ ਆਪਣੇ ਗੈਰ ਕਾਨੂੰਨੀ ਕੰਮ ਕਰੋ, ਉਹਨੂੰ ਇਹ ਮਾਨਤਾ ਦੇ ਰਹੇ ਆ। ਅਤੇ ਉਹਦੇ ਨਾਲ ਆਪਣੀ ਸਟੇਟ ਦੀ ਜੇ ਜਿੰਨੀ ਕੈਪੀਟਲ ਆਪਣਾ ਐਕਸਪੈਂਡੀਚਰ ਇਸ ਟਾਈਮ ਦਾ ਪੰਜਾਬ ਦਾ 0 ਆ, ਸਾਰਿਆਂ ਨਾਲ ਲੋਵੈਸਟ ਆ ਸਾਰੇ ਭਾਰਤ ਲੈਵਲ 'ਤੇ ਜੀ। ਉਹ ਕਿਉਂ ਆ? ਕਿਉਂਕਿ ਇਨਕਮ ਜਨਰੇਟ ਹੀ ਨਹੀਂ ਹੋ ਰਹੀ। ਇਨਕਮ ਕਿਸੇ ਅਦਾਰੇ 'ਚੋਂ ਜਿੱਥੇ ਕਹਿੰਦੇ ਸੀ 20,000 ਕਰੋੜ ਆਊਗਾ, ਇੰਨਾ ਸਾਨੂੰ ਐਕਸਾਈਜ਼ ਪੋਲਿਸੀ 'ਚ ਆਊਗਾ, ਇੰਨਾ ਰੇਤਾਂ 'ਚ ਆਊਗਾ, ਆਪਾਂ ਆਪਣੇ ਕੁਦਰਤੀ ਰਿਸੋਰਸ ਰੇਤਾਂ 'ਤੇ ਕੰਟਰੋਲ ਨਹੀਂ ਕਰ ਸਕੇ। ਤੁਹਾਨੂੰ ਲੱਗਦਾ ਵੀ ਨਾ ਕੋਈ ਦੂਜੇ ਪਾਸੇ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਿਹਾ? ਕੋਈ ਵੀ ਨਹੀਂ। ਵਿਰੋਧੀ ਧਿਰ ਦੀ ਇੱਕ ਆਵਾਜ਼ ਜ਼ਰੂਰ ਆ ਸਿੱਧੂ ਦੇ ਰੂਪ ਵਿੱਚ, ਨਵਜੋਤ ਸਿੰਘ, ਪਰ ਕੀ ਉਹ ਜਦੋਂ ਇੰਨੀ ਵਾਰੀ 4 ਵਾਰੀ ਮੈਂਬਰ ਪਾਰਲੀਮੈਂਟ ਰਿਹਾ, ਉਹਨੇ ਪੰਜਾਬ ਲਈ ਕੀ ਕੀਤਾ? ਕਦੀ ਕੋਈ ਪੰਜਾਬ ਲਈ ਉਹਨੇ ਅੱਜ ਤੱਕ ਆਵਾਜ਼ ਉਠਾਈ ਆ? ਉਹ ਮਿਨਿਸਟਰ ਵੀ ਰਿਹਾ ਪੰਜਾਬ ਕੈਬਨਿਟ ਦੇ ਵਿੱਚ ਜੀ, ਉਹਨੇ ਕੋਈ ਲਿਆ ਦੱਸਣ ਕਿ ਕਿਹੜਾ ਕ੍ਰਾਂਤੀਕਾਰੀ ਸਟੈਪ ਚੱਕਿਆ, ਚਾਹੇ ਲੋਕਲ ਬੋਡੀਜ਼ ਦਾ ਰਿਹਾ। ਉਸ ਤੋਂ ਬਾਅਦ ਉਹਨੂੰ ਪਾਵਰ ਕਾਰਪੋਰੇਸ਼ਨ ਦੇ ਰਹੇ ਸੀ, ਉਹਨੇ ਲਈ ਨਹੀਂ। ਹਾਂ, ਉਹ ਗਈ ਨਹੀਂ। ਅਤੇ ਫਿਰ ਜਦੋਂ ਪ੍ਰਧਾਨ ਸੀ ਕਾਂਗਰਸ ਦਾ, ਇਹ ਕਿਹੜੇ ਕਾਂਗਰਸ ਦੇ ਮਾਣ ਮੱਤੇ ਇਤਿਹਾਸ ਦੀ ਗੱਲ ਕਰਦਾ? ਇੱਕ ਸਿੱਖ ਹੋ ਕੇ ਪੱਗ ਬੰਨਣ ਦਾ ਆਪਣੇ ਆਪ ਨੂੰ ਦੱਸਦਾ ਵੀ ਮੈਨੂੰ ਬਹੁਤ ਸ਼ੌਂਕ ਆ। ਅਸੀਂ ਤਾਂ ਉਹਨਾਂ ਹਨੇਰਿਆਂ 'ਚ ਹੀ ਪੱਗ ਬੰਨ੍ਹ ਕੇ ਰੱਖੀ ਸੀ ਜਿੱਥੇ ਕਿ ਅਲਾਊਡ ਨਹੀਂ ਸੀ, ਜਿੱਥੇ ਕਿ ਲੜਨਾ ਪੈਣਾ ਸੀਗਾ ਕਾਨੂੰਨ ਦੇ ਖਿਲਾਫ਼। ਅਤੇ ਫਿਰ ਉਹ ਦੱਸਣ ਕਿ ਇਹ ਮੰਨਦਾ ਕਿ ਕਾਂਗਰਸ ਦਾ ਮਾਣ ਮੱਤਾ ਇਤਿਹਾਸ ਆ ਪੰਜਾਬ 'ਚ, ਜਾਂ ਸਿੱਖਾਂ ਪ੍ਰਤੀ ਇਹਨਾਂ ਦਾ ਮਾਣ ਮੱਤਾ ਇਤਿਹਾਸ ਰਿਹਾ? ਇਹ ਚੀਜ਼ਾਂ, ਇਹ ਕਲੈਰੀਫਿਕੇਸ਼ਨ ਤਾਂ ਹੋਣੀ ਚਾਹੀਦੀ ਆ ਨਾ। ਸੁਖਪਾਲ ਸਿੰਘ ਖਹਿਰਾ ਨੂੰ ਤੁਸੀਂ ਕਿਵੇਂ ਦੇਖਦੇ? ਸੁਖਪਾਲ ਸਿੰਘ ਖਹਿਰਾ ਵੀ ਕਾਂਗਰਸ 'ਚ ਆ ਨਾ, ਅਤੇ ਬੋਲਣ ਕਾਂਗਰਸ ਬਾਰੇ ਪਹਿਲੇ, ਨੀਤੀਆਂ ਬਾਰੇ ਉਹ ਦੱਸਣ ਕਿ ਉਹਨਾਂ ਦੇ ਲੀਡਰ ਹੈਗੇ ਆ ਜਗਦੀਸ਼ ਟਾਈਟਲਰ ਹੋਣੀ, ਕੀ ਉਹ ਮੰਨਣਗੇ ਕਿ ਜਗਦੀਸ਼ ਟਾਈਟਲਰ ਹੋਣੀ, ਸੋਨੀਆ ਗਾਂਧੀ ਉਹਨਾਂ ਦੇ ਜਦੋਂ ਬਰਾਬਰ ਬਹਿੰਦੇ ਆ ਸਟੇਜਾਂ 'ਤੇ ਜੀ, ਇਹਨਾਂ ਨੇ ਕਦੀ ਬੋਲੇ ਇਹ? ਕਿਹੜੇ ਬੰਦਿਆਂ ਨੂੰ ਉਹ ਸਟੇਜਾਂ 'ਤੇ ਬਿਠਾ ਰਹੇ ਆ? ਇਹਦਾ ਮਤਲਬ ਕਾਂਗਰਸ ਦੀ ਅੱਜ ਵੀ ਸੋਚ 84 ਵਾਲੀ ਆ, ਗੱਲ ਸਾਹਮਣੇ ਆਉਣੀ ਚਾਹੀਦੀ ਆ। ਦੱਸਣ ਕਿ ਕੀ ਦਰਬਾਰ ਸਾਹਿਬ 'ਤੇ ਜੋ ਅਟੈਕ ਹੋਇਆ ਸੀ, ਕੀ ਉਹ ਠੀਕ ਸੀਗਾ? ਕੀ ਦਿੱਲੀ ਦਾ ਕਤਲੇਆਮ ਜਿਹੜਾ ਸੀਗਾ ਉਹ ਠੀਕ ਸੀਗਾ? ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਹੁਣ ਅਕਾਲੀ ਦਲ ਨੇ ਜੋ ਵੀ ਸਟੈਂਡ ਲਿਆ ਹੈਗਾ ਉਹ ਚਲੋ ਲੈ ਗਏ, ਗਲਤ ਲੈ ਗਏ, ਉਹ ਲੋਕ ਉਹਨਾਂ ਨੂੰ ਦੱਸੀ ਜਾਂਦੇ ਨੇ ਤਰਾਤਲ 'ਤੇ ਪਤਾ ਲੱਗੇ, ਪਰ ਨਾ ਹੀ ਕਾਂਗਰਸ ਦੇ ਮੌਜੂਦਾ ਕਿਸੇ ਲੀਡਰਸ਼ਿਪ, ਨਾ BJP ਨੇ, ਨਾ ਆਮ ਆਦਮੀ ਪਾਰਟੀ ਨੇ ਕੋਈ ਇਹ 'ਤੇ ਰਿਐਕਸ਼ਨ ਦੀ ਵੀ ਅਸੀਂ ਦੁਬਾਰਾ ਇਹ 'ਤੇ ਕੋਈ ਕਾਰਵਾਈ ਕਰਾਂਗੇ, ਕੋਈ FIR ਕਰਾਂਗੇ ਬੀਪੀ ਤਿਵਾੜੀ। ਈਵਨ ਮੈਂ, ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਸੁਨੀਲ ਜਾਖੜ ਬੋਲੇ ਇਸ ਬਾਰੇ, ਇੱਕ ਮਾਨਵਤਾ ਦਾ ਘਾਣ ਹੋਇਆ ਆ ਜਿੱਥੇ ਦਾ ਗੁਰਦੇਵ ਸਿੰਘ ਕੌਂਕੇ, ਉਹਦੇ 'ਤੇ ਕੋਈ ਅੱਜ ਤੱਕ ਚਾਰਜ ਪ੍ਰੂਵ ਹੋਇਆ ਵੀ ਉਹਦੇ 'ਤੇ ਕੇਸ ਸੀਗਾ ਕੀ? ਮਤਲਬ ਕਿ ਮੈਂ ਤਾਂ ਹੈਰਾਨ ਹਾਂ ਅਕਾਲੀ ਦਲ ਦੇ ਸਪੋਕਸ ਪਰਸਨ 'ਤੇ ਕਿ ਜਿਹੜਾ ਕਹਿ ਰਿਹਾ ਜੀ ਉਹਨੂੰ ਅੱਤਵਾਦੀ ਛੜਾ ਕੇ ਲੈ ਗਏ, ਵੀ ਰਿਪੋਰਟ ਵਿੱਚ ਤਾਂ ਇਹ ਅੱਤਵਾਦੀ ਲੈ ਗਏ, ਤਿਵਾੜੀ ਦੀ ਰਿਪੋਰਟ 'ਚ ਕਦੋਂ ਇਹ ਲਿਖਿਆ ਹੋਇਆ? ਉਹਨੇ ਤਾਂ ਇਸ ਚੀਜ਼ ਨੂੰ ਮਤਲਬ ਕਿ ਹੈਗਾ ਨਗੇਟ ਕੀਤਾ ਵੀ ਇੱਦਾਂ ਦੀ ਕੋਈ ਗੱਲ ਹੀ ਨਹੀਂ ਹੋਈ, ਕੋਈ ਬੈਲਟ ਟੁੱਟੀ ਹੀ ਨਹੀਂ। ਅਤੇ ਇਹ ਕਿਹੜੀ ਕਿਹੜੀ ਪਰਿਭਾਸ਼ਾ ਦੇ ਨਾਲ ਐਡਰੈਸ ਕਰ ਰਹੇ ਆ? ਇਹ ਕਹਿ ਸਕਦੇ ਕਿ ਸਿੱਖ ਨੌਜਵਾਨ ਲੈ ਗਏ ਜੀ, ਫਿਰ ਦੂਜੇ ਪਾਸੇ ਬੰਦੀ ਸਿੰਘ ਬਣਾ ਕੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਨ ਦੀ ਇਹ ਕਹਿੰਦੇ ਆ ਜੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ, ਜਿਹਦਾ ਜਵਾਬ ਇਹਨਾਂ ਨੂੰ ਹੁਣ ਇੰਡੀਅਨ ਪਾਰਲੀਮੈਂਟ 'ਚ ਮਿਲ ਗਿਆ। ਜੇ ਮਾੜੀ ਜੀ ਵੀ ਕਿੰਨ ਹੁੰਦੀ ਨਾ ਤਾਂ ਉਸੇ ਦਿਨ ਰਿਜ਼ਾਈਨ ਕਰਕੇ ਇੰਡੀਅਨ ਪਾਰਲੀਮੈਂਟ 'ਚੋਂ ਵਾਕਆਊਟ ਕਰ ਜਾਣਾ ਚਾਹੀਦਾ ਸੀ, ਜਿਸ ਤਰ੍ਹਾਂ ਦੀ ਸਟੇਟਮੈਂਟ ਅਮਿਤ ਸ਼ਾਹ ਨੇ ਦਿੱਤੀ ਸੀ, ਜਿਹੜੇ ਯੂਨੀਅਨ ਹੋਮ ਮਿਨਿਸਟਰ ਆ, ਕੀ ਬਿਲਕਸ ਬਾਨੋ ਦੇ ਜਿਹਨਾਂ ਨੂੰ ਹੁਣ ਉਹਨਾਂ ਦੀ ਸਜ਼ਾ ਕੱਟੀ ਆ ਸੁਪਰੀਮ ਕੋਰਟ ਨੇ, ਭਾਵੇਂ ਉਹਨਾਂ ਨੇ ਤਾਂ ਸਿਰਫ ਇੱਕ ਟੈਕਨੀਕਲ ਗਰਾਊਂਡ 'ਤੇ ਕੱਟੀ ਆ ਵੀ ਜਿਹੜੀ ਇਹਨਾਂ ਦੇ ਰਿਹਾਈ ਦੇ ਆਰਡਰ ਆ ਉਹ ਗੁਜਰਾਤ ਦੀ ਬਜਾਏ ਮਹਾਰਾਸ਼ਟਰ ਗਵਰਨਮੈਂਟ ਕਰ ਸਕਦੀ ਆ ਜੀ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਹੀਨੀਅਸ ਕ੍ਰਾਈਮ ਆ ਇਹ, ਕਿ ਮੋਸਟ ਹੀਨੀਅਸ ਕ੍ਰਾਈਮ ਆ, ਕ੍ਰਾਈਮ ਅਗੇਂਸਟ ਹਮੈਨਿਟੀ ਆ, ਅਤੇ ਇਹਦੇ ਲਈ ਕੋਈ ਰਾਹਤ ਮਿਲਣੀ ਚਾਹੀਦੀ ਵੀ ਆ ਕਿ ਨਹੀਂ? ਬੋਲਣ ਤਾਂ ਇਸ ਗੱਲ 'ਤੇ ਬੋਲਣਾ ਚਾਹੀਦਾ ਸੁਪਰੀਮ ਕੋਰਟ ਨੂੰ, ਉਹਨਾਂ ਨੇ ਤਾਂ ਹੁਣ ਮਹਾਰਾਸ਼ਟਰ ਗਵਰਨਮੈਂਟ ਵੀ ਤਾਂ
ਕੇਂਦਰੀ ਸਰਕਾਰ ਦੀ ਗਵਰਨਮੈਂਟ ਆ ਤੇ ਉੱਥੋਂ ਰਿਹਾਈ ਲੈ ਲੈਣਗੇ, ਫਿਰ ਕੀ ਕਰਨਾ? ਅਕਾਲੀ ਦਲ ਦੀ ਤਾਂ ਵਿਲ ਪਾਵਰ ਹੀ ਨਹੀਂ ਰਹੀ ਵੀ ਐਡਾ ਸਟੈਂਡ ਲੈ ਜਾਣ। ਜਿਸ ਤਰ੍ਹਾਂ ਬੋਲੇ ਸੀ ਯੂਨੀਅਨ ਹੋਮ ਮਿਨਿਸਟਰ ਰਿਪਲਾਈ ਦੇ ਵਿੱਚ, ਜਿਵੇਂ ਉਹਨਾਂ ਨੇ ਰਬਾਕ ਕੀਤਾ ਪਬਲਿਕਲੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ, ਮੇਰਾ ਖਿਆਲ ਤਿੰਨ ਤਾਂ ਮਹੀਨੇ ਰਹਿੰਦੇ ਪਾਰਲੀਮੈਂਟ 'ਚ, ਜੇ ਛੱਡ ਕੇ ਆ ਜਾਂਦੇ ਕੋਈ ਮਾੜੀ ਮੋਟੀ ਕਿੰਨ ਤਾਂ ਬਚੀ ਰਹਿੰਦੀ ਸਾਡੀ। ਹਾਂ, ਮੇਰੇ ਖਿਆਲ ਇਹਨਾਂ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ। ਬਾਕੀ ਜਿਹੜੇ ਸਿੱਖ ਆਪਣੇ ਆਪ ਨੂੰ ਸਮਝਦੇ ਆ ਵੀ ਆਪਣੇ ਆਪ ਨੂੰ ਪ੍ਰਭਸੁੱਤਾ ਦੇ ਬਹੁਤ ਵੱਡੇ ਮਦੇਹੀ ਮੰਨਦੇ ਨੇ, ਉਹਨਾਂ ਨੂੰ ਉਸ ਸਟੇਟਮੈਂਟ ਦੇ ਖਿਲਾਫ ਬੋਲ ਕੇ ਵਾਕਫ ਕਰ ਦੇਣਾ ਚਾਹੀਦਾ ਸੀ, ਪਾਰਲੀਮੈਂਟ ਛੱਡ ਦੇਣੀ ਚਾਹੀਦੀ ਸੀ। ਉਹਨਾਂ ਨੇ ਤਾਂ ਸਾਰੇ ਇੱਕ ਤਾਂ ਸਾਹਿਬ ਦਾ ਸਿੱਖਾਂ ਨੂੰ ਜਵਾਬ ਇਹੀ ਯਾਦ ਰੱਖ ਲੈਂਦੇ ਕਿ ਸਾਡੇ ਦੋ ਬੰਦਿਆਂ ਨੇ ਕਦੀ ਇਸ ਕੰਸਟੀਟਿਊਸ਼ਨ ਤੇ ਸਾਈਨ ਕਰਨ ਤੋਂ ਵੀ ਨਾ ਕੀਤੀ ਸੀ ਵੀ ਸਾਨੂੰ ਇਨਸਾਫ਼ ਨਹੀਂ ਮਿਲਣਾ ਇਹਦੇ ਰਾਹੀਂ, ਤੇ ਉਹ ਗੱਲ ਸਾਬਤ ਹੋ ਰਹੀ ਆਪਣੇ ਤੇ। ਇਹ ਤਾਂ ਬਾਰ ਬਾਰ ਸਾਬਤ ਹੋ ਰਹੀ ਆ। ਉਹ ਖਾਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਸਿੱਖਾਂ ਨੂੰ ਸਾਰਿਆਂ ਨੂੰ ਜਵਾਬ ਸੀਗਾ, ਬਿਲਕੁਲ ਜਵਾਬ ਸੀਗਾ। ਇਸ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਟੇਟਮੈਂਟ ਦੇਣੀ ਸੀ, ਕੋਈ ਸਟੇਟਮੈਂਟ ਨਹੀਂ ਐਸਜੀਪੀਸੀ ਦਾ ਨਾ ਜਥੇਦਾਰ ਸਾਹਿਬ, ਜਿਹੜੀ ਹੁਣ ਪਟੀਸ਼ਨ ਦਿੱਤੀ ਆ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਨੇ, ਉਹਦੇ ਬਾਰੇ ਕੋਈ ਸਟੇਟਮੈਂਟ ਨਹੀਂ ਆਈ ਵੀ ਉਹ ਮੰਨਦੇ ਆ ਕਿ ਨਹੀਂ ਮੰਨਦੇ ਇਹ ਪਟੀਸ਼ਨ, ਜਾਂ ਜਿਹੜੀ ਆਮ ਸਿੱਖ ਦੀ ਕੋਈ ਫਰਿਆਦ ਅਕਾਲ ਤਖ਼ਤ ਸਾਹਿਬ ਨੂੰ ਦਿੱਤੀ ਕੋਈ ਮਹਿਣਾ ਨਹੀਂ ਰੱਖਦੀ। ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਕਾਲੀ ਦਲ ਦਾ ਤਾਂ ਹੁਣ ਦੇ ਹੀ ਰਿਹਾ ਸਾਰਿਆਂ ਨੂੰ ਰਿਜ਼ਲਟ ਕੀ ਹੋਣ ਵਾਲਾ ਜਾਂ ਕਿਵੇਂ ਹੋਣ ਵਾਲਾ ਗਾ, ਤਾਂ ਲੋਕਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ, ਚਾਹੇ 24 'ਚ ਕੋਈ ਮਰਜ਼ੀ ਜੇ ਇੱਦਾਂ, ਉਦੋਂ ਬਾਅਦ ਸਪੇਸ ਬਹੁਤ ਜ਼ਿਆਦਾ ਖਾਲੀ ਹੋ ਜਾਣਾ ਜੇ ਇੱਕ ਪਾਸੇ ਉਹ ਦੋ ਵੱਡੀਆਂ ਪਾਰਟੀਆਂ ਦਾ ਸਮਝੌਤਾ ਹੋ ਗਿਆ, ਫਿਰ ਵੀ ਜੇ ਨਾ ਵੀ ਹੋਇਆ ਤਾਂ ਵੀ 27 ਦੀ ਮਤਲਬ ਲੋਕ ਆਪ ਮੁਹਾਰੇ ਜਾਂ ਉਵੇਂ ਇਕੱਠੇ ਹੋਣਗੇ ਜਾਂ ਉਹੋ ਜਿਹਾ, ਕਿਉਂਕਿ ਆਮ ਧਰਾਤਲ ਤਾਂ ਇਹ ਗੱਲਾਂ ਵੀ ਪੰਜਾਬ ਦੇ ਵਿੱਚ ਕੁਛ ਮਾੜਾ ਨਾ ਹੋ ਜਾਵੇ, ਕੁਛ ਇਹੋ ਜਿਹੀ ਗੱਲ ਨਾ ਹੋ ਜਾਵੇ, ਕਿਸੇ ਦੇ ਮੋਢੇ 'ਤੇ ਰੱਖ ਕੇ ਨਾ ਚਲਾਈ ਜਾਵੇ। ਮਤਲਬ ਕਿ ਪ੍ਰੈਜੈਂਟਲੀ ਤਾਂ ਕੰਡੀਸ਼ਨ ਬਹੁਤ ਪ੍ਰਕੇਰੀਅਸ ਲੱਗਦੀ ਹੈ, ਮਤਲਬ ਕਿ ਇਹਦੇ ਵਿੱਚ ਨੋ ਵੇ ਆਊਟ ਲੱਗਦਾ ਅਨਲੈਸ ਐਂਡ ਅੰਟਲ ਅਕਾਲੀ ਦਲ ਚੇਂਜ ਇਸ ਪੋਲਿਸੀ ਫਰੋਮ ਦਾ ਗਰਾਊਂਡ ਲੈਵਲ। ਪਹਿਲੇ ਤਾਂ ਆਪਣੇ ਨਾਲੋਂ ਟੈਗ ਲਾਉਣ ਬਾਦਲ ਦਾ, ਜੇ ਸਾਡਾ ਸ਼੍ਰੋਮਣੀ ਅਕਾਲੀ ਦਲ ਆ ਜੀ ਵੀ ਸਾਨੂੰ ਇਸ ਨਾਂ ਨਾਲ ਨਾ ਜਾਣਿਆ ਜਾਵੇ, ਇਹਦੇ ਇੰਨੀ ਕੁ ਤਾਂ ਇਹ ਆਪ ਆਪਣੀ ਕੋਰ ਕਮੇਟੀ ਵਿੱਚ ਹੀ ਮੀਟਿੰਗ ਕਰਕੇ ਫੈਸਲਾ ਕਰ ਸਕਦੇ ਹਾਂ। ਠੀਕ ਆ, ਸਾਡਾ ਇਹਨਾਂ ਦਾ ਪ੍ਰੈਜੀਡੈਂਟ ਜ਼ਰੂਰ ਸਾਹ ਸੁਖਬੀਰ ਸਿੰਘ ਬਾਦਲ ਆ, ਪਰ ਦੈਟ ਡਜ਼ਨਟ ਮੀਨ ਕਿ ਸ਼੍ਰੋਮਣੀ ਦਲ ਅਕਾਲੀ ਦਲ ਵੀ ਬਾਦਲ ਆ, ਉਹ ਤਾਂ ਇੱਕ ਪੰਥ ਦੀ ਜਮਾਤ ਆ ਨਾ, ਇਹ ਜਿਸ ਤਰ੍ਹਾਂ ਵੀ ਬਣੇ ਹੋਇਆ ਠੀਕ ਆ, ਇਹਨਾਂ ਕੋਲ ਪਾਵਰ ਸਟਰਕਚਰ ਸੀਗਾ ਆਪਣੇ ਨਾਲ ਰਤਨ, ਐਂ ਹੋਇਆ ਕਿ ਪਹਿਲੇ ਆਪਣੇ 4 ਪਾਵਰ ਸੈਂਟਰ ਹੁੰਦੇ ਸੀ ਜੀ, ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ, ਇੱਕ ਚੀਫ ਮਿਨਿਸਟਰ ਹੁੰਦਾ ਸੀਗਾ ਜੀ, ਇੱਕ ਪ੍ਰੈਜੀਡੈਂਟ ਹੁੰਦਾ ਸੀ ਅਕਾਲੀ ਦਲ ਦਾ ਜੀ, ਇੱਕ SGPC ਦਾ ਪ੍ਰੈਜੀਡੈਂਟ ਹੁੰਦਾ ਸੀ ਜੀ, ਤੇ ਚੌਥੀ ਥਾਂ ਤੇ ਵੱਡਾ ਹੁੰਦੇ ਸੀਗੇ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਆ ਜਿਹਨਾਂ ਨੂੰ ਜਥੇਦਾਰ ਕਹਿੰਦੇ ਆ ਜੀ। ਹੁਣ ਜਿਹੜੇ ਹੈਗੇ ਆ ਚਾਰੇ ਬਾਕੀ ਜਿਹੜੇ ਪਾਵਰ ਸੈਂਟਰ ਸੀ 3 ਦੇ 3, ਉਹ ਸਾਰੇ ਕੰਟਰੋਲ 'ਚ ਆ ਚੁੱਕੇ ਹੈਗੇ ਆ ਪ੍ਰਧਾਨ ਅਕਾਲੀ ਦਲ ਦੇ। ਇਹ ਸਾਰਾ ਨਾ ਇਹਦੇ ਨਾਲ ਆਪਣੀ ਜਿੰਨੀ ਸੀਗੀ ਕੋਈ ਡਿਬੇਟ ਦਾ ਕਲਚਰ, ਕੋਈ ਆਪਣੇ ਵਿੱਚ ਕੋਈ ਆਪਸ 'ਚ ਕੋਈ ਵਿਵਾਦ ਹੁੰਦਾ ਸੀ, ਕੋਈ ਸੰਵਾਦ ਹੁੰਦਾ ਸੀਗਾ, ਉਹ ਸਾਰਾ ਕੁਛ ਖਤਮ ਹੋ ਗਿਆ। ਤੁਸੀਂ ਦੇਖੋ ਕਿ ਇਹਨਾਂ ਦੇ ਸਪੋਕਸਮੈਨ ਹੈਗੇ ਆ ਬੰਟੀ ਰਮਾਣੇ ਹੋਈ, ਉਹਨਾਂ ਦੀ ਦੇਣ ਕੀ ਆ ਪੰਥ ਨੂੰ? ਇੱਕ ਵੀ ਕੋਈ ਸਟੈਪ ਤਾਂ ਦੱਸਣਾ ਅੱਜ ਤੱਕ ਉਹਨਾਂ ਲਈ ਤਾਂ ਵੱਡਾ ਸੱਕ ਆ, 2015 ਹੀ ਆਇਆ ਨਾ, ਤੇ ਦੱਸਣ ਉਹ ਕਿੱਥੇ ਖੜੇ ਸੀ ਉਹ? ਮੇਰਾ ਤਾਂ ਖਿਆਲ ਵੀ ਨਹੀਂ ਉਹਨਾਂ ਦੀ ਲਾਈਫ ਹਿਸਟਰੀ ਦੇ ਵਿੱਚ ਜਦੋਂ 84 ਹੋਊਗਾ ਕੋਈ ਐਡੇ ਵੱਡੇ ਹੋਣ, ਮੈਨੂੰ ਹੁਣ ਐਗਜੈਕਟ ਉਹਦੀ ਉਮਰ ਦਾ ਪਤਾ ਨਹੀਂ ਗਾ ਜੀ, ਪਰ ਮਤਲਬ ਕੋਈ ਦੱਸਣ ਤਾਂ ਸਹੀ ਨਾ ਕਿ ਅਸੀਂ ਜਦੋਂ ਫਲਾਨੇ ਵੇਲੇ ਆਹ ਕਸ਼ਟ ਪਿਆ ਪੰਥ ਦੇ, ਅਸੀਂ ਇੱਥੇ ਖੜੇ ਸੀ ਜੀ। ਆਪਾਂ ਨੂੰ ਇੰਨਾ ਵਰਜਿਆ, ਈਵਨ ਜਿਹੜੇ ਪ੍ਰੋਫੈਸਰ ਸੀਗੇ ਆਪਣੇ ਕਪੂਰ ਸਿੰਘ, ਉਹਨਾਂ ਦਾ ਇਹ ਆਇਆ ਹੋਇਆ ਬਾਹਰ ਡਾਕੂਮੈਂਟਡ ਆ ਵੀ ਜਦੋਂ ਐਮਰਜੈਂਸੀ ਲੱਗੀ ਉਹਨਾਂ ਨੇ ਇਹਨਾਂ ਨੂੰ ਸੁਜੈਸਟ ਕੀਤਾ ਸੀ ਵੀ ਤੁਸੀਂ ਇਹਦੇ 'ਚ ਸਿੱਧੀ ਤਰ੍ਹਾਂ ਨਾਲ ਸ਼ਾਮਲ ਨਾ ਹੋ, ਜੋ ਆਪਣੀਆਂ ਡਿਮਾਂਡਸ ਨੇ ਉਹ ਰੱਖ ਕੇ ਪੂਰੀਆਂ ਕਰਾ ਲਓ ਪੰਜਾਬ ਦੀਆਂ। ਪੰਜਾਬ ਵੱਡਾ ਸੀ ਕਿ ਜੈਪ੍ਰਕਾਸ਼ ਨਾਰਾਇਣ ਵੱਡਾ ਸੀ? ਇਹਨਾਂ ਨੇ ਹਿਸਟੋਰਿਕ ਬਲੰਡਰਸ ਕੀਤੇ ਨੇ, ਅੱਜ ਆਪਾਂ ਉੱਥੇ ਹੀ ਖੜੇ ਹਾਂ, ਚੰਡੀਗੜ੍ਹ ਮਿਲ ਗਿਆ ਆਪਾਂ ਨੂੰ, ਆਪਾਂ ਤਾਂ ਨਾਂ ਵੀ ਨਹੀਂ ਲੈਂਦੇ ਕਦੀ ਚੰਡੀਗੜ੍ਹ ਦਾ।
ਜਿਹੜੇ ਈਵਨ ਜਿਹੜੇ ਕਾਂਗਰਸ ਦੇ ਲੀਡਰ ਬੋਲ ਰਹੇ ਆ ਉਹ ਨਾਂ ਲੈਂਦੇ ਕਦੀ ਚੰਡੀਗੜ੍ਹ ਦਾ ਵੀ ਜੇ ਸਾਡੀ ਨੈਸ਼ਨਲ ਗਵਰਨਮੈਂਟ ਬਣੂਗੀ ਤਾਂ ਅਸੀਂ ਚੰਡੀਗੜ੍ਹ ਲੈ ਕੇ ਦੇਵਾਂਗੇ, ਪਾਣੀਆਂ ਦਾ ਜਿਹੜਾ ਹੱਲ ਕਰਕੇ ਦਾਂਗੇ, ਪੰਜਾਬ ਨੂੰ ਮਲਕੀਅਤ ਪਾਣੀਆਂ ਦੀ ਲੈ ਕੇ ਦੇਵਾਂਗੇ, ਸਾਡੇ ਡੈਮ ਜਿਹੜੇ ਹੈਗੇ ਕੰਟਰੋਲ ਸਾਰਾ ਭਾਖੜਾ ਦਾ ਉਹ ਵਾਪਸ ਪੰਜਾਬ ਨੂੰ ਲੈ ਕੇ ਦੇਵਾਂਗੇ ਜੀ। ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਸਾਡੇ ਹਜੇ ਤਾਂ ਰਤਨ ਵੱਡਾ ਇਸ਼ੂ ਹੁਣ ਤੋਂ ਦੋ ਮਸਾਂ ਹੀ ਡੇਢ ਪੌਣੇ ਦੋ ਮਹੀਨੇ ਬਾਅਦ ਉੱਠਣਾ, ਜਦੋਂ ਆਪਣਾ ਜਿਹੜਾ ਸ਼ਾਨਨ ਪਾਵਰ ਪ੍ਰੋਜੈਕਟ ਹੈਗਾ ਜੋਗਿੰਦਰ ਨਗਰ ਵਾਲਾ ਮੰਡੀ ਡਿਸਟ੍ਰਿਕਟ ਦੇ ਵਿੱਚ, ਜਦੋਂ ਉਹਦੀ ਲੀਜ਼ ਖਤਮ ਹੋਣੀ ਆ, ਕੋਈ ਬੰਦਾ ਮੈਂ ਉਹਦੇ ਬਾਰੇ ਬੋਲਦਾ ਨਹੀਂ ਸੁਣਿਆ। ਮੈਂ ਹੀ ਇਕੱਲੇ ਨੇ ਇਸ਼ੂ ਉਠਾਇਆ ਸੀ, ਇੱਕ ਪਿਛਲੇ ਸਾਲ ਤੋਂ ਮੈਂ ਇਸ਼ੂ ਉਠਾ ਰਿਹਾ ਕਿ ਉਹਦੀ ਲੀਜ਼ ਖਤਮ ਹੋਣ ਜਾ ਰਹੀ ਹੈਗੀ ਆ। ਆਪਣੇ ਕੋਲ ਇੱਕ ਬਹੁਤ ਮਾਣ ਮੱਤਾ ਇਤਿਹਾਸਿਕ ਪਾਵਰ ਪ੍ਰੋਜੈਕਟ ਹੈਗਾ 1931 ਦਾ, ਜਿੱਥੇ ਕਿ ਸਾਰਿਆਂ ਨਾਲੋਂ ਸਸਤੀ ਇਨਵਾਇਰਮੈਂਟਲ ਫਰੈਂਡਲੀ ਬਿਜਲੀ ਬਣਦੀ ਹੈਗੀ ਆ ਪਾਣੀ ਤੋਂ, ਅਤੇ ਬਲਕਿ ਮਾਰਵਲਸ ਉੱਥੋਂ ਦੀ ਮਸ਼ੀਨਰੀ ਲਾਈ ਹੋਈ ਆ ਅੰਗਰੇਜ਼ਾਂ ਵਾਲਿਆਂ ਦੀ, ਅਤੇ ਜਿਹਦੇ ਰਾਹੀਂ ਬਿਜਲੀ ਪੈਦਾ ਹੁੰਦੀ ਆ ਉਹ ਸਾਡਾ ਮੰਡੀ ਡਿਸਟ੍ਰਿਕਟ ਦੇ ਵਿੱਚ ਹੈਗਾ, ਜੋਗਿੰਦਰ ਨਗਰ ਥਾਂ 'ਤੇ ਬਣਿਆ ਹੋਇਆ। ਉਹਦੀ 2 ਮਾਰਚ 2024 ਨੂੰ ਲੀਜ਼ ਉਹਦੀ 100 ਸਾਲਾਂ ਖਤਮ ਹੋ ਰਹੀ ਆ। ਉਹਦੇ ਬਾਰੇ ਕੀ ਸਟੇਟ ਗਵਰਨਮੈਂਟ ਕੁਛ ਕਰ ਰਹੀ ਹੈ, ਉਹਦੇ ਬਾਰੇ ਰਿੱਟ ਪਈ ਹੋਈ ਆ ਹਾਈ ਕੋਰਟ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਸ਼ਿਮਲੇ ਵਿੱਚ, ਕਿ ਉਹ ਜਿਹੜਾ ਪ੍ਰੋਜੈਕਟ ਆ ਉਹ ਵਾਪਸ ਹਿਮਾਚਲ ਨੂੰ ਦਿੱਤਾ ਜਾਵੇ, ਜਦਕਿ ਜਦੋਂ ਉਹ ਬਣਿਆ ਸੀਗਾ ਇੱਦਾਂ ਦਾ ਕੋਈ ਕਲੋਸ ਨਹੀਂ ਸੀ ਕਿਉਂਕਿ ਉਦੋਂ ਹਿਮਾਚਲ ਹੁੰਦਾ ਹੀ ਨਹੀਂ ਸੀ। ਆਪਣੇ ਹੱਥੋਂ ਤਾਂ ਸਾਰਾ ਕੁਛ ਜਾ ਰਿਹਾ ਜੀ। ਕੋਈ ਮੈਂ ਪੋਲੀਟੀਕਲ ਪਾਰਟੀ ਪੰਜਾਬ ਦੀ ਇਸ ਬਾਰੇ ਗੱਲ ਕਰਦੀ ਨਹੀਂ ਸੁਣੀ ਕੀ ਗਵਰਨਮੈਂਟ ਦੀ ਪ੍ਰਤੀਕਿਰਿਆ ਹੋਣੀ ਚਾਹੀਦੀ ਆ। ਜਿਵੇਂ ਹਰਿਆਣਾ ਆਪਣੀ ਵੱਖਰੀ ਇੱਕ ਨਹਿਰ ਕੱਢਣ ਨੂੰ ਟਰਾਈ ਕਰ ਰਿਹਾ ਸਿੱਧੀ ਸਤਲੁਜ ਤੋਂ ਹਿਮਾਚਲ ਵਿੱਚੋਂ ਜੀ, ਉਹਦੇ ਬਾਰੇ ਕੀ ਸਟੇਟ ਗਵਰਨਮੈਂਟ ਦਾ ਸਟੈਂਡ ਆ ਜਾਂ ਸਾਡੀਆਂ ਪੋਲੀਟੀਕਲ ਪਾਰਟੀਜ਼ ਦਾ ਸਟੈਂਡ ਹੈਗਾ। ਜਿਵੇਂ ਜਾ ਕੇ ਜਦੋਂ ਇੱਕ ਅਖਬਾਰ ਦੇ ਅਦਾਰੇ ਉੱਤੇ ਕੇਸ ਹੋਇਆ ਤੇ ਸਾਰੀਆਂ ਪਾਰਟੀਆਂ ਜਾ ਕੇ ਉਹਨਾਂ ਦੇ ਪਿੱਛੇ ਖੜ ਗਈਆਂ ਸੀਗੀਆਂ ਕਿ ਇਹ ਸ਼ਾਨਨ ਪਾਵਰ ਪ੍ਰੋਜੈਕਟ ਬਾਰੇ ਤੇ ਜਿਹੜੀ ਹਰਿਆਣਾ ਉੱਤੋਂ ਦੀ ਸਾਡੇ ਨਹਿਰ ਕੱਢਣ ਨੂੰ ਫਿਰਦਾ ਉਹ ਉਸ ਬਾਰੇ ਕਦੀ ਇਕੱਠੇ ਹੋਏ ਆਏ? ਆਹ ਪੋਲੀਟੀਕਲ ਵੈਕਿਊਮ ਆ, ਇੱਥੋਂ ਤਾਂ ਇਹ ਕੋਹਾਂ ਦੂਰ ਨੇ, ਪਰ ਚਲੋ ਇਹ ਇਹੀ ਵੈਕਿਊਮ ਖਲਾ ਆ ਨਾ ਜੀ ਜੀ। ਕੁਕੀ ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ ਜੀ। ਥੈਂਕ ਯੂ ਸੋ ਮਚ, ਗੁੱਡ ਟੂ ਟਾਕ ਟੂ ਯੂ ਜੀ। ਅੱਗੇ ਫਿਰ ਇਸ ਵਿਚਾਰ ਚਰਚਾ ਨੂੰ ਅਸੀਂ ਤੋਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਪਰ ਅਸੀਂ ਉਮੀਦ ਕਰਦੇ ਹਾਂ ਵੀ ਪੰਜਾਬ ਦੀਆਂ ਜਿੰਨੀ ਵੀ ਰਾਜਨੀਤਿਕ ਧਿਰਾਂ ਆਈਆਂ ਖਾਸ ਕਰਕੇ ਖੇਤਰੀ ਪਾਰਟੀ ਵੀ ਕੁਛ ਮਾੜਾ ਮੋਟਾ ਉਹਨਾਂ ਨੂੰ ਪਤਾ ਲੱਗੇ ਅਤੇ ਕੁਛ ਕਰਨ, ਉਹ ਨਹੀਂ ਬਹੁਤ ਜਿਹੜਾ ਇਤਿਹਾਸ ਆ ਇਹ ਲਿਖਿਆ ਜਾ ਰਿਹਾ ਹੈਗਾ, ਕਈਆਂ ਦਾ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਅਤੇ ਇਤਿਹਾਸ ਤੁਹਾਡਾ ਵੀ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਣਾ, ਜਿਹੜੇ ਅੱਜ ਦੇ ਵੀ ਮੌਜੂਦਾ ਲੀਡਰ ਨੇ ਅਤੇ ਸਮੇਂ ਨੇ ਤੁਹਾਨੂੰ ਮਾਫ਼ ਨਹੀਂ ਕਰਨਾ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਪੋਲੀਟੀਕਲ ਇੰਟਰਵਿਊ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ, ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।